हम ना सकत कर सिफत तुम्हारी, आप ले हो तुम कथा सुधारी। सतनाम श्री वाहेगुरु साहिब जी, तोहरा श्री सतगुर हर राय को जेठो सत सनबात, मानी नह मानी कछु कहत पै बखियात। वाहेगुरु जी का खालसा, वाहेगुरु जी की फतेह। गुरु की साजी नवाजी, गुरु खालसा साध संगत जी, आप जी अत्यंत बड़ भागे हो जो कि महाराज साहब जी की पवित्र पावन हजूरी च हाजरियां भर रहे हो और गुरु की अमृतमयी गुरबाणी दे लाहे प्राप्त कर रहे हो। सतगुरां जी की पावन पवित्र गुरबाणी सौदा रहरा साहब जी के पाठ आरती आरते दे कीर्तन आप जी ने सरवण किए हैं। आओ हुण अपनियां मन बिरतियां नूं सतगुरु महाराज की पावन कथा नाल जोड़ लईए। श्री गुरु हर राय साहब जी सतवें पातशाह महाराज के सचखंड गमन तो बाद जदों गुरु हरकृष्ण साहब जी गद्दी ते विराजमान हो गए तो बाबा राम राय जी ने महाराज के गुरु हरकृष्ण साहब जी के नाल ईरखा करनी शुरू कर दिती। उन्होंने इस गल की बड़ी भारी ईरखा हुई कि महाराज छोटे पुत्र नूं गद्दी दे गए हैं, हालांकि वड्डा मैं सी और हर तरह नाल मैं योग सी, गद्दी मैनू मिलनी चाहीदी है। बाबा जी की व्याकुलता का प्रसंग आपां कल सरवण कर चुके हाँ, जदों मसंदा ने भाई गुरदास ते तारा चंद वगैरह ने समझाया ते बहुत तरीके नाल कि बाबा जी तुहाडा प्रताप बहुत है, तुसी इस तरह करो ते उत्तों उत्तों तुसी गुरु हरकृष्ण साहब नाल भी बना के रखो ਤਾਂ ਕਿ ਲੋਕਾਂ ਵਿੱਚ ਇਹ ਹੋਵੇ ਵੀ ਛੋਟੇ ਭਰਾ ਦਾ ਖਿਆਲ ਰੱਖਦੇ ਹਨ ਅਤੇ ਲੋਕਾਂ ਨੂੰ ਇਹ ਵੀ ਦੱਸੀਏ ਵੀ ਸ਼੍ਰੀ ਹਰਕ੍ਰਿਸ਼ਨ ਜੀ ਗੁਰੂ ਨਹੀਂ ਹਨ, ਵੱਡੇ ਸਾਹਿਬਜ਼ਾਦੇ ਹੀ ਗੁਰੂ ਹਨ ਬਾਬਾ ਰਾਮ ਰਾਏ ਜੀ। ਇਸ ਤਰ੍ਹਾਂ ਦਾ ਪ੍ਰਚਾਰ ਆਪਾਂ ਕਰੀਏ। ਇਹ ਸਲਾਹਾਂ ਕਈ ਤਰ੍ਹਾਂ ਦੀਆਂ ਮਸੰਦ, ਖਾਸ ਕਰਕੇ ਉਸ ਵੇਲੇ ਭਾਈ ਗੁਰਦਾਸ ਜੀ ਜਿਹੜੇ ਦੂਜੇ ਗੁਰਦਾਸ ਜੀ ਹੋਏ, ਪਹਿਲੇ ਗੁਰਦਾਸ ਤਾਂ ਉਹ ਹੋਏ ਹਨ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਬੀਬੀ ਭਾਨੀ ਦੇ ਚਾਚੇ ਦੇ ਪੁੱਤ ਭਾਈ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਭਤੀਜੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਸੀ। ਇਹ ਦੂਸਰੇ ਗੁਰਦਾਸ ਭਾਈ ਬਹਿਲੋ ਦੇ ਪਰਿਵਾਰ 'ਚੋਂ ਹੋਏ ਹਨ, ਬਹਿਲੋ ਵੰਸੀ ਗੁਰਦਾਸ ਇਹਨਾਂ ਨੂੰ ਕਹਿੰਦੇ ਆ। ਇਹ ਰਾਮ ਰਾਈਏ ਬਣ ਗਏ ਸਨ ਜਦੋਂ ਸੱਤਵੇਂ ਪਾਤਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜਿਆ ਸੀ, ਉਦੋਂ ਇਹਨਾਂ ਨੂੰ ਨਾਲ ਭੇਜਤਾ ਸੀ। ਤਾਰਾ ਚੰਦ ਅਤੇ ਗੁਰਦਾਸ ਦੋਵੇਂ ਸਕੇ ਭਰਾ ਜਿਹੜੇ ਹਨ ਇਹ ਬਾਬਾ ਰਾਮ ਰਾਏ ਜੀ ਦੇ ਨਾਲ ਦਿੱਲੀ ਰਹਿੰਦੇ ਸਨ। ਇਹਨਾਂ ਨੇ ਅਤੇ ਹੋਰ ਮੁਖੀ ਮਸੰਦਾਂ ਨੇ, ਕਿਉਂਕਿ ਜਦੋਂ ਬਾਬਾ ਰਾਮ ਰਾਏ ਦਾ ਪ੍ਰਤਾਪ ਬਹੁਤ ਵੱਧ ਗਿਆ ਸੀ ਤਾਂ ਬਹੁਤ ਸਾਰੇ ਮਸੰਦ ਉਹਨਾਂ ਦੇ ਨਾਲ ਵੀ ਰਲ ਗਏ ਸਨ। ਉਹਨਾਂ ਵਿੱਚੋਂ ਜਿਹੜੇ ਚੰਗੇ ਸਨ ਉਹ ਚੰਗੀ ਸਲਾਹ ਦਿੰਦੇ, ਜਿਹੜੇ ਮਾੜੇ ਸਨ ਉਹ ਮਾੜੀ ਸਲਾਹ ਦਿੰਦੇ ਹੈ। ਸੋ ਉਹਨਾਂ ਮਸੰਦਾਂ ਨੇ ਕੁਝ ਕੁਚਾਲਾਂ ਵੀ ਚੱਲੀਆਂ ਹਨ, ਟੇਢੀਆਂ ਮੇਢੀਆਂ ਚਾਲਾਂ ਰਾਜਨੀਤੀ ਦੀਆਂ ਚੱਲ ਰਹੇ ਨੇ, ਬਾਬਾ ਰਾਮ ਰਾਏ ਜੀ ਨੂੰ ਇਹੋ ਜਿਹੀਆਂ ਪੁੱਠੀਆਂ ਮੱਤਾਂ ਦੇ ਰਹੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਖਿਲਾਫ਼ ਸਾਜ਼ਿਸ਼ਾਂ ਘੜ ਰਹੇ ਨੇ। ਉਹ ਕਥਾ ਆਪ ਜੀ ਪ੍ਰੇਮ ਨਾਲ ਸਰਵਣ ਕਰੋ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਸਤਿਗੁਰ ਹਰ ਰਾਇ ਕੋ, ਮਹਾਰਾਜ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਜੇਠੋ ਸਤ ਸੰਪਾਤ, ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਮਸੰਦਾਂ ਦੀ ਗੱਲ ਸੁਣ ਕੇ ਮਾਨੀ ਨਹਿ ਮਾਨੀ ਕਛੂ, ਕਿਉਂਕਿ ਬਿਰਤੀ ਹੰਕਾਰ ਵਾਲੀ ਸੀ, ਮਾਨੀ ਪੁਰਸ਼ ਸਨ, ਇਸ ਕਰਕੇ ਉਹਨਾਂ ਨੇ ਉਹਨਾਂ ਦੀ ਗੱਲ ਨੂੰ ਚੱਜ ਨਾਲ ਨਹੀਂ ਸੁਣਿਆ, ਧਿਆਨ ਨਾਲ ਨਹੀਂ ਸੁਣਿਆ, ਨਾ ਮੰਨਿਆ ਹੈ। ਕਹਿਤ ਭੈ ਬਖਿਆਤ, ਇਸ ਤਰ੍ਹਾਂ ਬੋਲੇ ਹਨ ਬਾਬਾ ਰਾਮ ਰਾਏ ਜੀ। ਸਵਈਆ ਛੰਦ ਮਿਲਨ ਹਮਾਰੋ ਹੋਏ ਨ ਕਿਮਹੀ, ਕਹਿਣ ਲੱਗਾ ਦੇਖੋ ਵੀ ਮੇਰਾ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਮਿਲਾਪ ਨਹੀਂ ਹੋ ਸਕਦਾ, ਤੁਸੀਂ ਕਹਿੰਦੇ ਉਹਨਾਂ ਨਾਲ ਮਿਲਾਪ ਰੱਖੋ, ਮੇਰਾ ਛੋਟਾ ਭਰਾ ਹੈ, ਮੈਂ ਉਹਦੇ ਅੱਗੇ ਝੁਕ ਨਹੀਂ ਸਕਦਾ। ਪਰਿਓ ਅੰਤਰੋ ਅਬ ਹੈ ਵਿਸਾਲ, ਸਾਡੇ ਘਰ ਚ ਹੁਣ ਬੜਾ ਫਰਕ ਪੈ ਚੁੱਕਾ ਹੈ, ਬਹੁਤ ਜ਼ਿਆਦਾ ਮੇਰੀ ਬੇਇੱਜ਼ਤੀ ਕੀਤੀ ਹੈ ਜੋ ਮੈਨੂੰ ਆਪਣੇ ਘਰ ਗੁਰੂ ਸਾਹਿਬ ਨੇ ਪਿਤਾ ਜੀ ਨੇ ਵੜਨ ਨਹੀਂ ਦਿੱਤਾ ਅਤੇ ਮੈਨੂੰ ਬੇਦਖਲ ਕਰ ਦਿੱਤਾ ਹੈ ਤੇ ਗੱਦੀ ਛੋਟੇ ਭਰਾ ਨੂੰ ਦੇ ਦਿੱਤੀ ਹੈ।
ਸਾਡੇ ਭਰਾਵਾਂ ਵਿੱਚ ਹੁਣ ਬੜਾ ਫਰਕ ਪੈ ਚੁੱਕਾ ਹੈ ਦੋਵਾਂ ਭਰਾਵਾਂ ਵਿੱਚ। ਸ਼੍ਰੀ ਸਤਿਗੁਰ ਪਿਤ ਨੇ ਜੋ ਕਹੇ ਬਚਨ, ਜੋ ਪਿਤਾ ਜੀ ਨੇ ਬਚਨ ਕਹੇ ਹਨ, ਸਭ ਨੇ ਸੁਣੇ ਹੁਤੇ ਤਿਸ ਕਾਲ, ਉਹ ਤੁਸੀਂ ਸਾਰਿਆਂ ਨੇ ਸੁਣੇ ਹਨ। ਤੁਹਾਡੇ ਤੋਂ ਕਿਹੜਾ ਗੱਲ ਲੁਕੀ ਹੋਈ ਹੈ? ਪਿਤਾ ਜੀ ਨੇ ਮੈਨੂੰ ਛੋਟੀ ਜਿਹੀ ਗੱਲ ਦੀ ਇੰਨੀ ਸਜ਼ਾ ਦੇ ਦਿੱਤੀ ਹੈ, ਕਹਿੰਦੇ ਮੱਥੇ ਹੀ ਨਾ ਲੱਗੇ। ਮੈਂ ਵਾਪਸ ਵੀ ਗਿਆ ਸੀ ਮਾਫ਼ੀ ਮੰਗਣ, ਮੈਨੂੰ ਕੀਰਤਪੁਰ ਸਾਹਿਬ ਪਹੁੰਚਣ ਹੀ ਨਹੀਂ ਦਿੱਤਾ, ਰੋਪੜ ਤੋਂ ਹੀ ਵਾਪਸ ਕਰਤਾ। ਇੰਨਾ ਧੱਕਾ ਮੇਰੇ ਨਾਲ ਹੋਇਆ, ਹੁਣ ਮੈਂ ਉੱਥੇ ਕੀ ਲੈਣ ਜਾਣਾ ਹੈ? ਹੁਣ ਮੈਨੂੰ ਉਹ ਵੀ ਨਹੀਂ ਮਿਲਣਾ ਚਾਹੁਣਗੇ, ਕਿਉਂਕਿ ਜੇ ਪਿਤਾ ਜੀ ਨਹੀਂ ਮੈਨੂੰ ਮੱਥੇ ਲਾਇਆ ਤੇ ਛੋਟਾ ਭਾਈ ਵੀ ਆਪਣੇ ਪਿਤਾ ਦੀ ਤਰ੍ਹਾਂ ਮੈਨੂੰ ਮੱਥੇ ਨਹੀਂ ਲਾਵੇਗਾ। ਜਿਨਕੇ ਮਨ ਮਹਿ ਹਟਕ ਅਚਾਲ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਆਪਣੇ ਪਿਤਾ ਦਾ ਬਚਨ ਮੰਨਣਗੇ, ਗੁਰੂ ਹਰਕ੍ਰਿਸ਼ਨ ਹਰਾਏ ਸਾਹਿਬ ਜੀ ਦਾ, ਤੇ ਉਹਨਾਂ ਦੇ ਮਨ ਵਿੱਚ ਮੇਰੇ ਪ੍ਰਤੀ ਨਫ਼ਰਤ ਹੋਵੇਗੀ। ਹਾਲਾਂਕਿ ਮਹਾਰਾਜ ਦੇ ਮਨ 'ਚ ਨਫ਼ਰਤ ਕੋਈ ਨਹੀਂ ਸੀ, ਪਰ ਰਾਮ ਰਾਜ ਦਾ ਮਨ ਇੱਦਾਂ ਸੋਚਦਾ ਹੈ ਵੀ ਜੇ ਮੈਂ ਜਾਵਾਂਗਾ ਮੇਰੀ ਬੇਇੱਜ਼ਤੀ ਹੋਵੇਗੀ। ਤੈਨੂੰ ਬਤਾਇਓ ਲਗ ਸਤ ਪੂਜਨ। ਹਾਂ, ਪਿਤਾ ਜੀ ਨੇ ਛੋਟੇ ਪੁੱਤਰ ਨੂੰ ਗੱਦੀ ਤੇ ਬਿਠਾ ਕੇ ਸਾਰੀ ਸੰਗਤ ਨੂੰ ਇਹ ਕਿਹਾ ਹੈ ਵੀ ਮੇਰੀ ਥਾਂ ਤੇ, ਗੁਰੂ ਨਾਨਕ ਦੀ ਥਾਂ ਤੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਪੂਜਾ ਕਰੋ ਭਏ ਹਿਰਦੇ ਤਿਤ ਸ਼ਰਧਾ ਨਾਲ। ਤੇ ਲੋਕਾਂ ਦਾ ਮਨ ਹੁਣ ਜਿਹੜੇ ਗੁਰੂ ਜੀ ਦੇ ਬਚਨ ਮੰਨਣ, ਜਿਨ੍ਹਾਂ ਨੇ ਸੁਣੇ ਹਨ ਪਿਤਾ ਜੀ ਦੇ, ਉਹਨਾਂ ਦੀ ਸ਼ਰਧਾ ਤਾਂ ਹਰਕ੍ਰਿਸ਼ਨ ਤੇ ਹੀ ਬੈਠ ਗਈ ਹੈ। ਉਹ ਹੁਣ ਹਰਕ੍ਰਿਸ਼ਨ ਨੂੰ ਛੱਡ ਕੇ ਮੈਨੂੰ ਕਦੀ ਵੀ ਮੱਥਾ ਨਹੀਂ ਟੇਕਣਗੇ ਗੁਰੂ ਭਾਵ ਨਾਲ। ਉਦਾਂ ਭਾਵੇਂ ਮੇਰਾ ਸਤਿਕਾਰ ਕਰਨ ਜਾਂ ਨਾ ਕਰਨ, ਪਰ ਜਿਹੜਾ ਗੁਰੂ ਦਾ ਦਰਜਾ ਹੈ ਉਹ ਮੇਰੇ ਛੋਟੇ ਭਰਾ ਨੂੰ ਹੀ ਦੇਣਗੇ। ਪਠਹੁ ਮਸੰਦਨ ਦੇਸ਼ਨ ਮਾਹੀ। ਹਾਂ, ਇੱਦਾਂ ਕਰੀਏ, ਆਪਾਂ ਹੁਣ ਦੇਸ਼ਾਂ ਪ੍ਰਦੇਸ਼ਾਂ ਵਿੱਚ ਮਸੰਦਾਂ ਨੂੰ ਭੇਜੀਏ ਤੇ ਉਹਨਾਂ ਮਸੰਦਾਂ ਤੋਂ ਪ੍ਰਚਾਰ ਇੱਦਾਂ ਦਾ ਕਰਵਾਈਏ ਜਿਸ ਸੰਗਤ ਪਰ ਜੋ ਚੱਲ ਜਾਏ। ਹਾਂ, ਜਿਹੜੇ ਜਿਹੜੇ ਇਲਾਕੇ ਵਿੱਚ ਜਿਹੜਾ ਜਿਹੜਾ ਵੀ ਮਸੰਦ ਜਾਵੇ, ਜਿਹੜੇ ਜਿਹੜੇ ਸੰਗਤ ਦੇ ਇਲਾਕੇ ਸਨ, ਜਿਵੇਂ ਸਾਧ ਸੰਗਤ ਜੀ ਮਾਝਾ, ਮਾਲਵਾ, ਦੁਆਬਾ, ਧੰਨੀ ਘੇਪ, ਪੋਠੋਹਾਰ, ਲੰਮਾ ਦੇਸ਼, ਨੱਕਾ ਦੇਸ਼, ਜੰਮੂ ਕਸ਼ਮੀਰ, ਹਿੰਦੁਸਤਾਨ ਦੇ 22 ਸੂਬੇ, ਕਾਬਲ, ਕੰਧਾਰ ਤੱਕ ਸਿੱਖੀ ਸੀ ਦੂਰ ਦੂਰ ਤੱਕ, ਉੱਥੇ ਗੁਰੂ ਸਾਹਿਬ ਨੇ ਮਸੰਦਾਂ ਨੂੰ ਗੱਦੀਆਂ ਦੇ ਕੇ, ਮੰਜੀਆਂ ਦੇ ਕੇ ਭੇਜਿਆ ਹੋਇਆ ਸੀ। ਉਸ ਇਲਾਕੇ ਦੀ ਸੰਗਤ ਨੂੰ ਸਾਰੇ ਮਸੰਦ ਜੋੜ ਕੇ ਗੁਰੂ ਘਰ ਲਿਆਉਂਦੇ ਸਨ। ਤੇ ਬਾਬਾ ਰਾਮ ਰਾਏ ਕਹਿੰਦਾ ਮਸੰਦਾਂ ਨੂੰ ਵੀ ਹੁਣ ਤੁਸੀਂ ਦੇਸ਼ਾਂ ਪ੍ਰਦੇਸ਼ਾਂ 'ਚ ਗੁਰਮਤਿ ਦਾ ਪ੍ਰਚਾਰ ਕਰਨ ਜਾਓ, ਤੇ ਜਿੱਥੇ ਜਿੱਥੇ ਵੀ ਪ੍ਰਚਾਰ ਕਰਨ ਜਾਓ ਲੋਕਾਂ ਨੂੰ ਇਹ ਹੀ ਦੱਸੋ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਨਹੀਂ, ਬਾਬਾ ਰਾਮ ਰਾਏ ਗੁਰੂ ਹਨ। ਤਿਹ ਕੀ ਤਿਹ ਦਸਤਾਰ ਬੰਧਾਵੋ। ਜਿਹੜੇ ਜਿਹੜੇ ਇਲਾਕੇ 'ਚ ਆਪਾਂ ਮਸੰਦ ਅੱਗੇ ਨਹੀਂ ਭੇਜੇ, ਉੱਥੇ ਵੀ ਆਪਣੇ ਵੱਲੋਂ ਮਸੰਦਾਂ ਦੀਆਂ ਦਸਤਾਰਾਂ ਦੇ ਕੇ ਭੇਜੀਏ, ਨਵੇਂ ਮਸੰਦ ਤਿਆਰ ਕਰੀਏ ਜਿਹੜੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਤੇ ਸਾਡੀ ਗੱਦੀ ਦਾ ਬੋਲਬਾਲਾ ਹੋਵੇ। ਦੇਹ ਦਰਬ ਮਨ ਅਧਿਕ ਵਧਾਏ। ਔਰ ਜਿਹਨਾਂ ਵੀ ਉਹਨਾਂ ਨੂੰ ਮਾਇਆ ਚਾਹੀਦੀ ਹੈ, ਪੈਸਾ ਚਾਹੀਦਾ, ਉਹਨਾਂ ਦਾ ਮਾਣ ਸਨਮਾਨ ਮਸੰਦਾਂ ਦਾ ਵੱਧ ਕੇ ਕਰੀਏ ਤਾਂ ਕਿ ਉਹ ਸਾਡੇ ਨਾਲ ਜੁੜੇ ਰਹਿਣ, ਸਾਨੂੰ ਛੱਡ ਕੇ ਨਾ ਤਾਂ ਬਾਬਾ ਧੀਰਮਾਲ ਵੱਲ ਜਾਣ ਤੇ ਨਾ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮੱਥਾ ਟੇਕਣ ਤੇ ਨਾ ਹੀ ਬਾਬੇ ਪ੍ਰਿਥੀ ਚੰਦ ਵਾਲੇ ਪਾਸੇ ਝੁਕਣ ਦੇਣ ਸੰਗਤ ਨੂੰ। ਆਪਾਂ ਸਾਰੀ ਸੰਗਤ ਆਪਣੇ ਨਾਲ ਜੋੜਨੀ ਹੈ। ਸਿੱਖਿਆ ਨੇ ਸਭ ਮਹਿ ਰਹਿ ਉਪਦੇਸ਼ਤ। ਸਾਰੀ ਸੰਗਤ ਵਿੱਚ ਇਹ ਉਪਦੇਸ਼ ਦਿੰਦੇ ਰਹਿਣ ਮਸੰਦ ਸਾਡੇ। ਇਤਕੋ ਸਜਾਸ ਬਸਾਰ ਸੁਣਾਏ ਕਿ ਬਾਬਾ ਰਾਮ ਰਾਏ ਅਸਲ ਗੁਰੂ ਹਨ ਤੇ ਇਸ ਵੇਲੇ ਦਿੱਲੀ ਦੇ ਵਿੱਚ ਮਜਨੂ ਦੇ ਟਿੱਲੇ ਗੁਰਦੁਆਰੇ 'ਚ ਬੈਠੇ ਹੋਏ ਹਨ। ਸਾਰੀ ਸੰਗਤ ਦਿੱਲੀ ਆਓ ਤੇ ਗੁਰੂ ਜੀ ਨੂੰ ਮੱਥਾ ਟੇਕੋ। ਅੱਠਵੀਂ ਪਾਤਸ਼ਾਹੀ ਸਾਡਾ ਪ੍ਰਚਾਰ ਹੋਵੇ ਵੀ ਬਾਬਾ ਰਾਮ ਰਾਏ ਅੱਠਵੇਂ ਗੁਰੂ ਹਨ। ਬੰਦੋਬਸਤ ਕਰ ਕਹਿ ਬਿਦਨੀਕੇ। ਬੰਦੋਬਸਤ ਇਹ ਕਰੀਏ ਵੀ ਸਾਰੀ ਸੰਗਤ ਦਿੱਲੀ ਆ ਕੇ ਸਾਡੇ ਕੋਲ, ਸਾਨੂੰ ਹੀ ਮੱਥਾ ਟੇਕੇ, ਸਾਨੂੰ ਹੀ ਗੁਰੂ ਮੰਨੇ। ਲੈ ਆਵਹਗੇ ਹਮਰੇ ਥਾਏ। ਮਸੰਦ ਜਿੱਧਰ ਵੀ ਸੰਗਤ ਨੂੰ ਜੋੜਨਗੇ ਜੁੜ ਸਕਦੀ ਹੈ, ਤੁਹਾਡਾ ਪ੍ਰਚਾਰ ਹੀ ਹੈ। ਜੇ ਤੁਸੀਂ ਸਾਡਾ ਪ੍ਰਚਾਰ ਕਰੋਗੇ ਤੇ ਸੰਗਤਾਂ ਸਾਡੇ ਕੋਲ ਆਉਣਗੀਆਂ, ਜੇ ਤੁਸੀਂ ਸਾਡਾ ਪ੍ਰਚਾਰ ਛੱਡ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਾਂ ਕਿਸੇ ਹੋਰ ਗੁਰੂ ਦਾ ਕਰੋਗੇ ਤੇ ਉਹਨਾਂ ਕੋਲ ਜਾਣਗੀਆਂ। ਇਸ ਕਰਕੇ ਸਾਡਾ ਪ੍ਰਚਾਰ ਕਰੋ, ਅਸੀਂ ਤੁਹਾਨੂੰ ਮੂੰਹ ਮੰਗੀ ਮਾਇਆ ਧਨ ਪਦਾਰਥ ਦੇ ਕੇ ਤੁਹਾਡਾ ਸਨਮਾਨ ਕਰਦੇ ਰਵਾਂਗੇ। ਸ਼੍ਰੀ ਹਰਕ੍ਰਿਸ਼ਨ ਸਮੀਪ ਨਾ ਜਾਵੇ ਹੈ। ਸੰਗਤ ਨੂੰ ਇਹ ਦੱਸਦੇ ਹੋ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਨਾ ਜਾਵੇ ਸੰਗਤ, ਖਾਰਜ ਸਿੱਖੀ ਤੇ ਡਰ ਪਾਏ। ਜਿਹੜਾ ਉੱਥੇ ਜਾਵੇਗਾ ਕੀਰਤਪੁਰ ਸਾਹਿਬ,
ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰੂ ਮੰਨੇਗਾ ਉਹਨੂੰ ਸਿੱਖੀ ਤੋਂ ਖਾਰਜ ਸਮਝਿਆ ਜਾਵੇਗਾ। ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੈ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮੱਥਾ ਟੇਕੇਗਾ। ਵਰਜਨ ਕਰਹਿ ਜਾਹੇ ਸਭ ਦੇਸ਼ਨ, ਦੇਸਾਂ ਪ੍ਰਦੇਸਾਂ ਵਿੱਚ ਮਸੰਦ ਜਾ ਕੇ ਸੰਗਤ ਨੂੰ ਵਰਜ ਦੇਣ, ਸੰਗਤ ਨੂੰ ਜਿੱਧਰ ਲਾਣਾ ਮਸੰਦਾਂ ਨੇ ਲਾਣਾ, ਪ੍ਰਚਾਰਕਾਂ ਨੇ ਲਾਣਾ। ਜਦੋਂ ਇਹ ਪ੍ਰਚਾਰਕ ਪ੍ਰਚਾਰ ਕਰਨਗੇ ਬੇ ਅਸਲ ਗੁਰੂ ਤੇ ਬਾਬਾ ਰਾਮ ਰਾਏ ਜੀ ਹਨ ਔਰ ਦਿੱਲੀ ਵਿੱਚ ਬਿਰਾਜਮਾਨ ਹਨ, ਗੁਰੂ ਸਾਹਿਬ ਜੀ ਦੇ ਵੱਡੇ ਪੁੱਤਰ ਹਨ, ਉਹਨਾਂ ਦੀਆਂ ਬੜੀਆਂ ਕਰਾਮਾਤਾਂ ਬੜੀਆਂ ਸ਼ਕਤੀਆਂ ਹਨ, ਜਦੋਂ ਸਾਡਾ ਇਹ ਪ੍ਰਚਾਰ ਤੁਸੀਂ ਕਰੋਗੇ ਤੇ ਸੰਗਤ ਐਟੋਮੈਟਿਕ ਸਾਡੇ ਕੋਲ ਆਵੇਗੀ। ਨੇਚੁਰਲੀ ਹੈ ਕਿ ਸੰਗਤ ਕੀਰਤਪੁਰ ਸਾਹਿਬ ਤੋਂ ਰੁਕ ਜਾਏਗੀ ਤੇ ਸਾਡੇ ਨਾਲ ਜੁੜ ਜਾਏਗੀ। ਵੱਡੇ ਛੋਟੇ ਨੂੰ ਹਰ ਇੱਕ ਬੰਦੇ ਨੂੰ ਇਹ ਸਮਝਾਇਆ ਜਾਵੇ ਬਈ ਬਾਬਾ ਰਾਮ ਰਾਏ ਜੀ ਗੁਰੂ ਹਨ। ਤੇ ਸਭ ਸੋਢੀ ਗੁਰੂ ਕਹਾਵਹਿ, ਇਸ ਤਰ੍ਹਾਂ ਜਿਹੜੇ ਹੋਰ ਸੋਢੀ ਵੀ ਗੁਰੂ ਕਹਾਉਂਦੇ ਨੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਖੰਡਨ ਕੀਤਾ ਜਾਵੇ। ਬਾਬਾ ਧੀਰਮਲ ਸਾਡਾ ਤਾਇਆ ਹੈ, ਉਹਦੇ ਬਾਰੇ ਵੀ ਲੋਕਾਂ ਨੂੰ ਕਿਹਾ ਜਾਵੇ ਵੀ ਉਹਨੂੰ ਗੱਦੀ ਨਹੀਂ ਮਿਲੀ, ਉਹਨੂੰ ਪਿਤਾ ਦਾਦਾ ਜੀ ਨੇ ਮਹਾਰਾਜ ਵੱਡੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਪੜਦਾਦਾ ਜੀ ਨੇ ਛੇਕ ਦਿੱਤਾ ਸੀ, ਤੇ ਇਸ ਕਰਕੇ ਉਹਨਾਂ ਦਾ ਵੀ ਪ੍ਰਚਾਰ ਰੋਕਿਆ ਜਾਵੇ, ਪ੍ਰਿਥੀ ਚੰਦ ਦਾ ਵੀ ਰੋਕਿਆ ਜਾਵੇ ਤੇ ਮੇਰੇ ਛੋਟੇ ਭਰਾ ਹਰਕ੍ਰਿਸ਼ਨ ਜੀ ਉਹ ਤਾਂ ਅਜੇ ਗੱਦੀ ਤੇ ਬੈਠੇ ਹੀ ਹਨ, ਉਹਨਾਂ ਦਾ ਵੀ ਬੰਦ ਕੀਤਾ ਜਾਵੇ। ਨਹੀਂ ਨਿਕਟ ਤਿਨ ਕੇ ਪੀ ਜਾਏ, ਉਹਨਾਂ ਦੇ ਕੋਲ ਵੀ ਨਾ ਕੋਈ ਜਾਵੇ, ਕਿਸੇ ਬੇਦੀ ਸੋਢੀ ਨੂੰ ਕਿਤੇ ਕਿਸੇ ਨੂੰ ਮੱਥਾ ਨਹੀਂ ਟੇਕਣਾ, ਕੇਵਲ ਬਾਬਾ ਰਾਮ ਰਾਏ ਜੀ ਨੂੰ ਹੀ ਮੱਥਾ ਟੇਕਣਾ, ਇਹ ਗੱਲ ਸੰਗਤ ਨੂੰ ਕਹੀ ਜਾਵੇ। ਆਪਣੀ ਸੰਗਤ ਰਹੇ ਨਿਰਾਲੀ, ਆਪਣੀ ਰਾਮ ਰਾਈਆਂ ਦੀ ਸੰਗਤ ਵੱਖਰੀ ਰਵੇ, ਆਪਣੀ ਸੰਗਤ ਨੂੰ ਇਹ ਕਹਿ ਦਿੱਤਾ ਜਾਵੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸੰਗ ਨਹੀਂ ਕਰਨਾ, ਕਿਸੇ ਹੋਰ ਦਾ ਵੀ ਨਹੀਂ ਕਰਨਾ, ਸਿਰਫ ਸਾਡਾ ਹੀ। ਦੇਖੋ ਸਾਧ ਸੰਗਤ ਜੀ, ਇਹ ਦਸਵੇਂ ਪਾਤਸ਼ਾਹ ਨੇ ਮਸੰਦਾਂ ਦੀਆਂ ਕਰਤੂਤਾਂ ਆਪਣੀ ਬਾਣੀ 33 ਸਵਾਈਆਂ 'ਚ ਲਿਖੀਆਂ ਹਨ। ਜੋ ਕਹਿ ਸੇਵ ਮਸੰਦਨ ਕੀ ਕਹਿ ਆਸ ਅਵੈ ਪ੍ਰਸਾਦ ਆਨ ਮੋਹਿ ਦੀਜੈ, ਜੋ ਕੁਛ ਮਾਲ ਤਵਾਲੈ ਸੋ ਸਭ ਹੀ ਉੱਠ ਭੇਟ ਹਮਾਰੀ ਹੀ ਕੀਜੈ, ਮੇਰੋ ਹੀ ਧਿਆਨ ਧਰੋ ਨਿਸ ਬਾਸਰ ਭੂਲ ਕਹਿ ਔਰ ਕੋ ਨਾਮ ਨਾ ਲੀਜੈ। ਇਹ ਬਚਨ ਮਸੰਦ ਕਹਿੰਦੇ ਹੁੰਦੇ ਸੀ ਲੋਕਾਂ ਨੂੰ ਵੀ ਸਾਡਾ ਹੀ ਪੂਜਨ ਕਰੋ, ਸਾਡੀ ਗੱਲ ਮੰਨੋ, ਅਸੀਂ ਜਿਹਨੂੰ ਮਰਜ਼ੀ ਗੁਰੂ ਬਣਾਈਏ, ਜਿਹਨੂੰ ਮਰਜ਼ੀ ਗੱਦੀ ਤੋਂ ਲਾਹ ਦਈਏ। ਇਹ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਜ਼ਿਕਰ ਕੀਤਾ ਹੈ। ਫਿਰ ਜਿਹੜੇ ਮਹਾਰਾਜ ਦੇ ਹੱਥ ਲਿਖਤ ਹੁਕਮਨਾਮੇ ਨੇ ਉਹਦੇ ਵਿੱਚ ਵੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਵੀ ਮਸੰਦਾਂ ਦੇ ਮੱਥੇ ਨਹੀਂ ਲੱਗਣਾ, ਕਿਉਂ ਮਸੰਦ ਹੰਕਾਰੀ ਹੋ ਗਏ ਸਨ। ਇਹਨਾਂ ਮਸੰਦਾਂ ਨੂੰ ਬਾਬਾ ਰਾਮ ਰਾਏ ਵਰਗੇ ਧੀਰਮਲ ਵਰਗਿਆਂ ਨੇ ਭੂਏ ਚੜਾ ਦਿੱਤਾ ਸੀ। ਬਾਬਾ ਰਾਮ ਰਾਏ ਕਹਿੰਦਾ ਵੀ ਤੁਸੀਂ ਮੇਰਾ ਹੀ ਪ੍ਰਚਾਰ ਕਰਾਵੋ ਤੇ ਫੇਰ ਮੈਂ ਸਾਰਿਆਂ ਦਾ ਗੁਰੂ ਬਣ ਜਾਵਾਂਗਾ। ਕਰਹਿ ਕੜਾਹੀ ਭਾਉ ਵਧਾਏ, ਲੋਕ ਸਾਡੀ ਕੜਾਹੀ ਕਰਨਗੇ, ਭਾਵ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਾਡੇ ਦਰਬਾਰ ਵਿੱਚ ਚੜਾਉਣ। ਲੋਕਾਂ 'ਚ ਇਹ ਸ਼ਰਧਾ ਬਣਾਈ ਜਾਵੇ ਵੀ ਜੇ ਕੋਈ ਸੁਖਣਾ ਸੁਖਣੀ ਹੈ, ਕੋਈ ਅਰਦਾਸ ਕਰਨੀ ਹੈ ਤਾਂ ਉਹ ਸਾਡੇ ਨਾਂ ਦੀ ਸੁਖਣ, ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ। ਇਸ ਤਰ੍ਹਾਂ ਕਹਿ ਕੇ ਸਾਧ ਸੰਗਤ ਜੀ, ਬਾਬੇ ਰਾਮ ਰਾਏ ਨੇ ਬਹੁਤ ਸਾਰੇ ਮਸੰਦਾਂ ਨੂੰ ਸਰੋਪੇ ਦੇ ਕੇ, ਦਸਤਾਰਾਂ ਚੋਲੇ ਦੇ ਕੇ, ਮਾਇਆ ਦੇ ਗੱਫੇ ਦੇ ਕੇ, ਮਾਨ ਸਨਮਾਨ ਕਰਕੇ ਦੇਸਾਂ ਪ੍ਰਦੇਸਾਂ 'ਚ ਭੇਜ ਦਿੱਤਾ। ਮਾਨ ਦਾਨ ਦੇ ਦਰਬ ਅਪਾਰ, ਉਹਨਾਂ ਮਸੰਦਾਂ ਦਾ ਮਾਨ ਤਾਣ ਵੀ ਬੜਾ ਕੀਤਾ, ਮਾਇਆ ਵੀ ਬੜੀ ਦਿੱਤੀ ਹੈ। ਸਿਰ ਦਸਤਾਰ ਬੰਦਾਵਨ ਕਰਕੇ, ਆਪਣੇ ਹੱਥੀ ਬਾਬਾ ਰਾਮ ਰਾਏ ਜੀ ਨੇ ਮਸੰਦਾਂ ਨੂੰ ਪੱਗਾਂ ਦਿੱਤੀਆਂ ਹਨ। ਲਿਖੇ ਹੁਕਮਨਾਮੇ ਕਰਤਾਰ, ਤੇ ਆਪਣੇ ਮੋਹਰ ਲਾ ਕੇ ਆਪਣੇ ਹੱਥ ਨਾਲ ਹੁਕਮਨਾਮੇ ਲਿਖ ਕੇ ਵੱਖਰੇ ਵੱਖਰੇ ਮਾਝੇ ਮਾਲਵੇ ਦੁਆਬੇ ਪੁਆਧ ਧਾਨੀ ਘੇਪ ਲੰਮਾ ਦੇ ਸਾਰੇ ਇਲਾਕਿਆਂ ਜਿੱਥੇ ਮਸੰਦਾਂ ਨੂੰ ਭੇਜਿਆ, ਜਿੱਥੇ ਜਿੱਥੇ ਗੁਰੂ ਨਾਨਕ ਦੀ ਸਿੱਖੀ ਹੈ, ਜਿੱਥੇ ਜਿੱਥੇ ਬਾਬੇ ਦੇ ਪਿਆਰੇ ਹਨ, ਉਹਨਾਂ ਕੋਲੇ ਲਿਖ ਕੇ ਭੇਜਿਆ ਬਈ ਗੁਰੂ ਮਹਾਰਾਜ ਦੀ ਗੱਦੀ ਤੇ, ਸੱਤਵੇਂ ਪਾਤਸ਼ਾਹ ਦੀ ਗੱਦੀ ਤੇ ਬਾਬਾ ਰਾਮ ਰਾਏ ਜੀ ਹਨ, ਉਹਨਾਂ ਵੱਲੋਂ ਇਹ ਹੁਕਮ ਆਇਆ ਹੈ, ਕਿਸੇ ਹੋਰ ਡੇਰੇ ਤੇ ਨਹੀਂ ਜਾਣਾ, ਗੁਰੂ ਰਾਮ ਰਾਏ ਨੂੰ ਗੁਰੂ ਮੰਨਣਾ ਹੈ। ਇਸ ਤਰ੍ਹਾਂ ਲਿਖਿਆ ਹੈ ਹੁਕਮਨਾਮਿਆਂ ਵਿੱਚ। ਜਿਹੋ ਜਿਹੋ ਭੇਜਿਓ ਤੇ ਆਖਿਆ, ਹਾਂ ਜਿੱਥੇ ਜਿੱਥੇ ਭੇਜਿਆ
ਉਹਦਾ ਨਾਂ ਲਿਖ ਕੇ ਭੇਜਿਆ ਵੀ ਤੁਹਾਡੇ ਇਲਾਕੇ ਜਾ ਮਸੰਦ ਭੇਜਿਆ ਗਿਆ, ਤੁਹਾਡੇ ਇਲਾਕੇ ਜਾ ਮਸੰਦ ਭੇਜਿਆ ਗਿਆ ਹੈ। ਦੇਖਿਓ ਹਮਾਰੋ ਇਹ ਮੁਖਤਿਆਰ। ਤੇ ਉਹਦਾ ਨਾਂ ਲਿਖ ਕੇ ਸੰਗਤ ਨੂੰ ਕਿਹਾ ਵੀ ਸਾਧ ਸੰਗਤ ਜੀ, ਆਹ ਮਾਝੇ ਦਾ ਮਸੰਦ ਹੈ, ਇਹ ਦੁਆਬੇ ਦਾ ਹੈ, ਆਹ ਮਾਲਵੇ ਦੇਸ਼ ਵਿੱਚ ਪ੍ਰਚਾਰ ਕਰੇਗਾ, ਇਹ ਲੰਮੇ ਦੇਸ਼ 'ਚ, ਇਹ ਨੱਕੇ ਦੇਸ਼ ਵਿੱਚ, ਇੱਦਾਂ ਸਾਰੇ ਪੰਜਾਬ ਹਿੰਦੁਸਤਾਨ ਦੇ ਵੱਖਰੇ ਵੱਖਰੇ ਇਲਾਕਿਆਂ ਵਿੱਚ, ਦੇਸ਼ਾਂ ਪ੍ਰਦੇਸ਼ਾਂ ਵਿੱਚ ਹੁਕਮਨਾਮੇ ਦੇ ਕੇ ਮਸੰਦਾਂ ਨੂੰ ਭੇਜਿਆ ਹੈ। ਗੁਰਮ ਨਾਤ ਹੋਏ ਸੋ ਇਸ ਦੀਜਾ ਹੈ। ਬਾਈ ਜਿਹੜੀ ਵੀ ਗੁਰੂ ਦੀ ਮੰਨਤ ਮਨੌਤ ਹੈ, ਕੋਈ 40 ਜਾਂ ਦਸਵੰਧ ਹੈ, ਗੁਰੂ ਘਰ ਦੀ ਕੋਈ ਕਾਰ ਭੇਟਾ ਹੈ, ਉਹ ਸਾਰਾ ਸਾਡੇ ਇਸ ਮਸੰਦ ਨੂੰ ਦੇਣਾ ਹੈ। ਹੋਰ ਕੋਈ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਨਾਂ ਲਵੇ, ਕੋਈ ਬਾਬਾ ਧੀਰਮਲ ਦਾ ਨਾਂ ਲਵੇ, ਉਹਨੂੰ ਇਹ ਭੇਟਾ ਨਹੀਂ ਦੇਣੀ। ਇਹ ਗੁਰੂ ਦੀ ਕਾਰ ਭੇਟਾ ਦੇ ਉੱਤੇ ਸਾਡਾ ਹੀ ਹੱਕ ਹੈ। ਕਹੇ ਜੋ ਮਨ ਹੋਏ ਉਧਾਰ। ਆ ਜਿਹੜਾ ਇਹ ਬਚਨ ਕਹਿਣਗੇ ਸਾਡੇ ਮਸੰਦ, ਇਹ ਸਾਡਾ ਹੁਕਮ ਮੰਨਣਾ ਹੈ, ਇਹਦੇ ਵਿੱਚ ਕਿਸੇ ਨੇ ਆਨਾਕਾਨੀ ਨਹੀਂ ਕਰਨੀ, ਇਹ ਗੁਰੂ ਦਾ ਹੁਕਮ ਹੈ। ਰਹੋ ਸਦਾ ਅਨਸਾਰੀ ਇਸਕੇ। ਇਹ ਮਸੰਦ ਤੁਹਾਡੇ ਇਲਾਕੇ ਦਾ ਅਸੀਂ ਬਣਾ ਕੇ ਭੇਜ ਰਹੇ ਹਾਂ, ਹਮੇਸ਼ਾ ਇਹਦੇ ਅਨੁਸਾਰ ਹੀ ਰਹਿਣਾ ਹੈ। ਆਵਹ ਦਰਸ਼ਨ ਕੋ ਸੰਗ ਲੈ। ਔਰ ਹਰ ਦੀਵਾਲੀ ਤੇ, ਵਿਸਾਖੀ ਤੇ, ਗੁਰਪੁਰਬਾਂ ਤੇ, ਜੋੜ ਮੇਲਿਆਂ ਤੇ ਆਇਆ ਕਰੋ, ਇਹਨਾਂ ਮਸੰਦਾਂ ਦੇ ਨਾਲ ਆ ਕੇ ਗੁਰੂ ਦੇ ਦਰਸ਼ਨ ਕਰਿਆ ਕਰੋ। ਦਿੱਲੀ ਦੇ ਵਿੱਚ ਜੌਨ ਆਏ ਤਨ ਅਰਪ ਇਸ ਸਭ, ਜਿਹੜਾ ਇਹਨਾਂ ਨੂੰ ਮਾਇਆ ਭੇਟਾ ਕਰੇਗਾ ਉਹ ਸਾਡੇ ਕੋਲ ਪਹੁੰਚੇਗੀ, ਉਹ ਗੁਰੂ ਦੇ ਮੁਜਰੇ ਪਵੇਗੀ। ਜਿਹੜੀ ਮਾਇਆ ਤੁਸੀਂ ਕਿਸੇ ਹੋਰ ਨੂੰ ਦਿਓਗੇ, ਇਹਨਾਂ ਨੂੰ ਨਹੀਂ ਦਿਓਗੇ, ਉਸ ਗੁਰੂ ਦੇ ਲੇਖੇ 'ਚ ਨਹੀਂ ਲੱਗੇਗੀ। ਇਸ ਤਰ੍ਹਾਂ ਦਾ ਹੁਕਮਨਾਮਾ ਲਿਖਿਆ ਹੈ। ਹਮਕੋ ਪਹੁੰਚ ਹੈ ਗੋ ਜੋ ਦੇ, ਜਿਹੜਾ ਇਹਨਾਂ ਨੂੰ ਤੁਸੀਂ ਭੇਜ ਮਾਇਆ ਦਿਓਗੇ, ਕਾਰ ਭੇਟਾ ਦਸਵੰਧ 40 ਜਾਂ ਮੰਨਤ ਮਨੌਤ, ਉਹ ਸਾਡੇ ਕੋਲ ਪਹੁੰਚਾ ਦੇਣਗੇ। ਗੁਰ ਕੀ ਖੁਸ਼ੀ ਹੋਏ ਤੁਮ ਉਪਰ, ਮਸੰਦਾਂ ਨੂੰ ਤੁਸੀਂ ਮੰਨੋਗੇ, ਸਾਡੀ ਪੂਜਾ ਕਰੋਗੇ, ਤੁਹਾਡੇ ਤੇ ਸਾਡੀ ਗੁਰੂ ਦੀ ਖੁਸ਼ੀ ਹੋਵੇਗੀ, ਗੁਰੂ ਨਾਨਕ ਤੁਹਾਡੇ ਕਾਰਜ ਰਾਸ ਕਰੇਗਾ। ਕਰੋ ਕਾਮਨਾ ਪੂਰਾ ਸੇ, ਇਹ ਸਾਰੀਆਂ ਮਨੋਕਾਮਨਾ ਪੂਰੀਆਂ ਕਰਨਗੇ ਅਸੀਂ ਤੁਹਾਡੀਆਂ। ਸ਼ਬਦ ਪਠੋ ਅਰ ਜਨਮ ਸੁਧਾਰੋ, ਤੁਸੀਂ ਗੁਰਬਾਣੀ ਪੜੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਜਪ ਤਪ ਕਰੋ, ਆਪਣਾ ਜਨਮ ਸੁਧਾਰੋ। ਨਹ ਪਰਮ ਹੋ ਨਿਜ ਧਰਮ ਕਹੇ, ਔਰ ਆਪਣੇ ਧਰਮ ਚ ਪੱਕੇ ਰਹੋ, ਕਿਸੇ ਦੇ ਆਖੇ ਨਾ ਲੱਗੋ, ਸਿਰਫ ਸਾਨੂੰ ਹੀ ਗੁਰੂ ਮੰਨੋ। ਕਹੇ ਹੁਕਮ ਨਾ ਵੇ ਸਭ ਥਾਏ, ਏਦਾਂ ਬਾਬੇ ਰਾਮ ਰਾਏ ਜੀ ਨੇ ਆਪਣੀ ਮੋਹਰ ਲਾ ਕੇ, ਆਪਣੇ ਦਸਖਤ ਕਰਕੇ ਹੁਕਮਨਾਮੇ ਦਿੱਲੀ ਤੋਂ ਜਾਰੀ ਕਰ ਦਿੱਤੇ ਹਨ। ਜਿਵੇਂ ਕਦੀ ਸੱਤਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ, ਪੰਜਵੇਂ ਪਾਤਸ਼ਾਹ ਹੁਕਮਨਾਮੇ ਜਾਰੀ ਕਰਦੇ ਸਨ, ਉਦਾਂ ਬਾਬੇ ਰਾਮ ਰਾਏ ਨੇ ਵੀ ਉਸੇ ਤਰ੍ਹਾਂ ਹੀ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਹੁਕਮਨਾਮੇ ਮਸੰਦਾਂ ਦੇ ਹੱਥ ਭੇਜੇ ਹਨ। ਚਾਹੇ ਸੰਗਤਨ ਮਹਿ ਤਨ ਲੀਨ, ਔਰ ਸੰਗਤਾਂ ਦੇ ਵਿੱਚ ਜਾ ਕੇ ਸੰਗਤਾਂ ਦੀ ਕਾਰ ਭੇਟਾ ਉਗਰਾਹਣੀ ਸ਼ੁਰੂ ਕਰ ਦਿੱਤੀ ਹੈ। ਹੁਣ ਸੰਗਤ ਤਾਂ ਗੁਰੂ ਦੀ ਭੋਲੀ ਹੈ, ਉਹਨਾਂ ਨੇ ਤਾਂ ਆਪਣਾ ਦਸਾਂ ਨੌਵਾਂ ਦੀ ਕਿਰਤ ਕਰਕੇ ਜਿਹੜਾ ਗੁਰੂ ਦੇ ਨਿਮਿੱਤ ਮਾਇਆ ਕੱਢੀ ਹੁੰਦੀ ਦਸਵੰਧ, ਉਹ ਸੰਗਤ ਨੇ ਜਮ੍ਹਾਂ ਕੀਤਾ ਹੁੰਦਾ ਵੀ ਗੁਰੂ ਮਹਾਰਾਜ ਦਾ ਇਹ ਹਿੱਸਾ ਦਸਵਾਂ। ਜਦੋਂ ਕੋਈ ਗੁਰੂ ਘਰ ਚੋਂ ਪ੍ਰਚਾਰਕ ਜਾਂ ਮਸੰਦ ਆਵੇਗਾ, ਅਸੀਂ ਉਹਨੂੰ ਅਰਪਣ ਕਰ ਦਿਆਂਗੇ। ਅਪਰ ਗੁਰੂ ਕੇ ਨਿੰਦਕ ਬਣ ਬਣ, ਹੋਰ ਜਿਹੜੇ ਲੋਕ ਗੁਰੂ ਘਰ ਦੇ ਨਿੰਦਕ ਬਣ ਬਣ ਕੇ ਇਹ ਮਸੰਦ ਜਿਹੜੇ ਹਨ ਪ੍ਰਚਾਰ ਕਰਨ ਲੱਗੇ ਹਨ, ਦੇਖੋ ਸਾਧ ਸੰਗਤ ਜੀ ਕੈਸਾ ਭਾਣਾ ਵਰਤਿਆ। ਸੱਤਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਗੁਰੂ ਨਾਨਕ ਦਾ ਜਹਾਜ਼ ਟੋਟੇ ਟੋਟੇ ਹੋ ਗਿਆ ਹੈ ਤੇ ਦਸਵੇਂ ਜਾਮੇ 'ਚ ਠੀਕ ਕਰਾਂਗੇ। ਉਹ ਹੁਣ ਪ੍ਰਤੱਖ ਦਿਸਣ ਲੱਗ ਪਿਆ ਕਿ ਬਾਬੇ ਰਾਮ ਰਾਏ, ਧੀਰ ਮੱਲ, ਇਹਨਾਂ ਸਾਰਿਆਂ ਨੇ ਆਪਣੇ ਆਪਣੇ ਪੰਥ ਚਲਾ ਲਏ, ਮਾਇਆ ਦੇ ਜ਼ੋਰ ਨਾਲ ਆਪਣੀ ਚਮਕ ਦਮਕ ਦਿਖਾਣ ਲੱਗ ਪਏ। ਆਪਣੇ ਪਰ ਪਰ ਮਾਏ ਪ੍ਰਬੀਨ, ਮਸੰਦ ਗੁਰੂ ਘਰ ਦੇ ਨਿੰਦਕ ਬਣ ਗਏ, ਜਿਨ੍ਹਾਂ ਨੇ ਗੁਰੂ ਦੀ ਉਸਤਤ ਕਰਨੀ ਸੀ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਨਿੰਦਾ ਕਰਨ ਲੱਗ ਪਏ, ਸੱਚੇ ਸਤਿਗੁਰਾਂ ਦੇ ਉਲਟ ਬੋਲਣ ਲੱਗ ਪਏ, ਤੇ ਮਸੰਦਾਂ ਨੇ ਲੋਕਾਂ ਨੂੰ ਆਪਣੇ ਮਗਰ ਲਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮਸੰਦ ਮਾਇਆ ਧਾਰੀ ਹੋ ਗਏ ਸਨ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲਕ ਝੋਲਾ। ਜਿੱਥੇ ਮਾਇਆ ਦੀ ਪਕੜ ਆ ਜਾਂਦੀ ਹੈ ਨਾ, ਉੱਥੇ ਗੁਰੂ ਦੇ ਸ਼ਬਦ ਦੀ ਗੱਲ ਖਤਮ ਹੋ ਜਾਂਦੀ ਹੈ, ਲੋਕ ਸੁਣਦੇ ਨਹੀਂ ਤੇ ਰੌਲੇ ਝੋਲੇ ਪੈ ਜਾਂਦੇ ਆ। ਇਹਨਾਂ ਨੇ ਉਹ ਰੌਲਾ ਪਾ ਲਿਆ
ਗੁਰੂ ਕੀ ਸਿੱਖੀ ਦੇ ਵਿੱਚ ਬੜਾ ਦੁਫਾੜ ਪਾ ਦਿੱਤਾ। ਝੂਠ ਬੋਲਣਾ ਕਪਟ ਕਮਾਵਣ, ਝੂਠ ਬੋਲਣਾ ਕਪਟ ਕਮਾਉਣਾ ਇਹਨਾਂ ਮਸੰਦਾਂ ਦਾ ਰੁੱਤ ਨਿਤ ਦਾ ਕੰਮ ਬਣ ਗਿਆ। ਜਿਉਂ ਕਿਉਂ ਦਰਬਲੇ ਲਭ ਭੀਨ, ਤੇ ਮਾਇਆ ਦੇ ਲਾਲਚ ਭਿੱਜੇ ਹੋਏ ਹਨ। ਜਿਵੇਂ ਕਿਵੇਂ ਪੈਸਾ ਆਉਣਾ ਚਾਹੀਦਾ, ਝੂਠ ਵੀ ਬੋਲੋ ਕਪਟ ਵੀ ਕਰੋ ਗੁਰੂ ਦੀ ਨਿੰਦਾ ਵੀ ਕਰੋ ਪੈਸਾ ਕਮਾਓ। ਅੱਜ ਵੀ ਆ ਜਿਹੜੇ ਸਾਧ ਸੰਗਤ ਜੀ ਚੈਨਲ ਖੋਲ ਖੋਲ ਕੇ ਗੁਰੂ ਪੰਥ ਦੀ ਨਿੰਦਾ ਕਰਦੇ ਨਾ, ਇਹ ਫਰੀ ਚ ਨਹੀਂ ਕਰਦੇ, ਇਹਨਾਂ ਨੂੰ ਵੀ ਪੈਸੇ ਮਿਲਦੇ ਆ। ਵੀ ਗੁਰੂ ਮਹਾਰਾਜ ਦੇ ਪੰਥ ਦੀ ਨਿੰਦਾ ਕਰੀਏ, ਬਾਣੀ ਦੀ ਨਿੰਦਾ ਕਰੀਏ, ਇਤਿਹਾਸ ਦੀ ਨਿੰਦਾ ਕਰੀਏ, ਪਰ ਇਹ ਗੱਲ ਯਾਦ ਰੱਖਣ ਜੋ ਰਾਮ ਰਾਈਆਂ ਦਾ ਹਾਲ ਹੋਇਆ ਇਹਨਾਂ ਦਾ ਵੀ ਉਹੀ ਹੋਣਾ। ਰਾਮ ਰਾਈਏ ਕਿਤੇ ਭਾਲਿਆ ਨਹੀਂ ਥਿਆਂਦੇ ਅੱਜ ਕੱਲ੍ਹ, ਉਹ ਮਲਵਈ ਕਹਿੰਦੇ ਹੁੰਦੇ ਨਾ ਭਾਲਿਆ ਨਹੀਂ ਥਿਆਣੇ, ਉਹ ਇਹਨਾਂ ਦਾ ਹਾਲ ਹੈ ਵੀ ਇਹ ਭਾਲਿਆ ਨਹੀਂ ਲੱਭਣੇ, ਕਿਤੇ ਕਿੱਥੇ ਚਲੇ ਗਏ। ਗੁਰੂ ਦਾ ਪੰਥ ਤਾਂ ਇੱਦਾਂ ਹੀ ਚੱਲਦਾ ਆਇਆ ਅਤੇ ਚੱਲਦਾ ਰਹਿਣਾ ਹੈ। ਮਹਾਰਾਜ ਆਪਣੇ ਭਗਤਾਂ ਸੰਤਾਂ ਦੀ, ਆਪਣੇ ਖਾਲਸੇ ਦੀ ਆਪੇ ਜੈ ਜੈਕਾਰ ਕਰਾ ਦਿੰਦਾ। ਬਿਨਾਂ ਪ੍ਰਚਾਰ ਕੀਤਿਆਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਚਾਰ ਹੋ ਰਿਹਾ। ਰਾਮ ਰਾਈਆ ਦਾ ਪ੍ਰਚਾਰ ਕਿੰਨਾ ਕੀਤਾ ਹੋਇਆ ਕੱਖ ਵੀ ਨਹੀਂ। ਜਿਹੜੀਆਂ ਸਾਧ ਸੰਗਤ ਜੀ ਅੱਜ ਵੀ ਕਈ ਸੰਸਥਾਵਾਂ ਹਨ ਸਾਡੇ ਪੰਥ ਦੇ ਵਿੱਚ, ਖਾਲਸੇ ਪੰਥ ਦੇ ਵਿੱਚ ਬਾਣਾ ਸਿੱਖਾਂ ਵਾਲਾ ਪਾ ਕੇ ਤੇ ਆਪਣੀ ਆਪਣੀ ਡਫਲੀ ਵੱਖਰੀ ਵਜਾਉਂਦੇ ਹਨ। ਉਹ ਜਿਹੜੇ ਵੱਖਰੀ ਡਫਲੀ ਵਜਾਉਂਦੇ ਵੀ ਸਾਡਾ ਸਾਡੀ ਪੂਜਾ ਹੋਵੇ, ਸਾਡੀ ਪੂਜਾ ਹੋਵੇ, ਸਾਡੇ ਡੇਰੇ 'ਤੇ ਆਓ। ਕਦੀ ਇਹ ਨਹੀਂ ਕਹਿਣਾ ਵੀ ਮੱਸਿਆ 'ਤੇ ਤੁਸੀਂ ਤਰਨ ਤਾਰਨ ਸਾਹਿਬ ਜਾਓ ਜਾਂ ਦੀਵਾਲੀ 'ਤੇ ਅੰਮ੍ਰਿਤਸਰ ਜਾਓ, ਅਤੇ ਆਪਣੇ ਡੇਰੇ ਕਹਿੰਦੇ ਹਰ ਮਹੀਨੇ ਆਓ। ਇਹ ਜਿਹੜਾ ਪ੍ਰਚਾਰ ਹੈ ਨਾ, ਕੂੜ ਕਪਟ ਦਾ ਪ੍ਰਚਾਰ ਹੈ ਗੁਰੂ ਨਾਲੋਂ ਤੋੜਨ ਵਾਲਾ, ਇਹਦਾ ਅਸਰ ਉਹੀ ਹੋਣਾ ਜਿਹੜਾ ਰਾਮ ਰਾਈਆਂ ਦਾ ਹੋਇਆ ਸੀਗਾ। ਰਾਮ ਰਾਏ ਦੇ ਪ੍ਰਚਾਰਕਾਂ ਨੇ ਪੂਰਾ ਜ਼ੋਰ ਲਾ ਤਾ, ਹਾਲਾਂਕਿ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਦਾ ਉਹ ਪਰਮੇਸ਼ਰ ਦੇ ਰੰਗ 'ਚ ਰੰਗੇ, ਉਹਦੇ ਭਾਣੇ 'ਚ 5 ਸਾਲ ਦੀ ਉਮਰ ਮਹਾਰਾਜ ਦੀ, ਪਰਮੇਸ਼ਰ ਦੇ ਭਾਣੇ 'ਚ ਜੋ ਵਾਹਿਗੁਰੂ ਕਰੇਗਾ। ਅਤੇ ਉਹ ਕਹਿੰਦੇ ਨਾ ਵੀ ਦੁਸ਼ਮਣ ਦੇ ਵਾਰ ਹੋਰ ਤਰ੍ਹਾਂ ਕਰਦਾ ਅਤੇ ਪਰਮੇਸ਼ਰ ਆਪਣੇ ਭਗਤਾਂ ਦੀਆਂ ਜੈ ਜੈਕਾਰ ਕਰਾ ਦਿੰਦਾ ਹੈ। ਬਾਬੇ ਰਾਮ ਰਾਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਵਾਇਆ ਸੀਗਾ, ਜ਼ੋਰ ਪਾ ਕੇ ਔਰੰਗਜ਼ੇਬ 'ਤੇ, ਰਾਜਾ ਜੈ ਸਿੰਘ 'ਤੇ। ਮੱਤ ਤਾਂ ਰਾਮ ਰਾਏ ਨੇ ਦਿੱਤੀ ਸੀ, ਕਾਹਦੇ ਵਾਸਤੇ ਦਿੱਤੀ ਸੀ? ਵੀ ਜਦੋਂ ਦਿੱਲੀ ਆਉਣਗੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਿਮਾ ਘੱਟ ਜਾਏਗੀ, ਮੇਰੀ ਵੱਧ ਜਾਏਗੀ। ਪਰ ਜਦੋਂ ਮਹਾਰਾਜ 8ਵੇਂ ਪਾਤਸ਼ਾਹ ਦਿੱਲੀ 'ਚ ਚਰਨ ਪਾਏ, ਰਾਮ ਰਾਏ ਇੰਝ ਹੋ ਗਿਆ ਜਿਵੇਂ ਸੂਰਜ ਦੇ ਸਾਹਮਣੇ ਦੀਵੇ ਦੀ ਲੋ ਖਤਮ ਹੋ ਜਾਂਦੀ ਹੈ। ਮਹਾਰਾਜ 8ਵੇਂ ਪਾਤਸ਼ਾਹ ਦੀ ਜੈ ਜੈਕਾਰ ਹੋ ਗਈ ਸਾਰੀ ਦਿੱਲੀ ਦੇ ਵਿੱਚ, ਅਤੇ ਬਾਬਾ ਰਾਮ ਰਾਏ ਨੂੰ ਦਿੱਲੀ ਛੱਡਣੀ ਪੈ ਗਈ। ਅਤੇ ਇਹ ਤਾਂ ਸਾਧ ਸੰਗਤ ਜੀ, ਸੱਚ ਸੂਰਜ ਹੈ ਅਤੇ ਝੂਠ ਕੁਛ ਵੀ ਨਹੀਂ ਉਹਦੇ ਸਾਹਮਣੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਵਿਰੋਧ ਕਰ ਰਹੇ ਨੇ ਬਾਬੇ ਰਾਮ ਰਾਏ ਦੇ ਮਸੰਦ। ਭੋਲੀ ਸੰਗਤ ਕਰ ਬਸ ਆਪਣੇ, ਆ ਸੰਗਤ ਨੂੰ ਆਪਣੇ ਵਾਸ ਚ ਕਰ ਲਿਆ, ਆਪਣੇ ਮਗਰ ਲਾ ਰਹੇ ਨੇ, ਆਪਣੇ ਟਿਕ ਪਹੁੰਚਣ ਨਹ ਦੀਨ, ਤੇ ਆਪਣੇ ਕੋਲ ਆਉਣ ਨਹੀਂ ਦਿੰਦੇ, ਗੁਰੂ ਮਹਾਰਾਜ ਦੇ ਕੋਲ ਆਉਣ ਨਹੀਂ ਦਿੰਦੇ, ਤੇ ਸੰਗਤ ਨੂੰ ਆਪਣੇ ਕਾਬੂ ਕਰਕੇ ਮਾਇਆ ਇਕੱਠੀ ਕਰ ਕਰਕੇ ਲਿਆਉਂਦੇ ਨੇ। ਅਧਿਕ ਦਰਬ ਸੰਗਤ ਤੇ ਆਵੇ ਹੈ, ਸੰਗਤ ਤੋਂ ਮਾਇਆ ਬੜੀ ਆਉਂਦੀ ਹੈ। ਗੁਰੂ ਕੇ ਸਿੱਖ ਬੜੇ ਬੜੇ ਧਨਾੜ ਬੈਠੇ ਨੇ, ਜ਼ਿਮੀਦਾਰ ਵੀ ਹਨ, ਵਪਾਰੀ ਵੀ, ਬਿਜ਼ਨਸਮੈਨ, ਕਾਬਲ ਕੰਧਾਰ ਵੱਲ ਕਰੋੜਾਂ ਪਤੀ ਸਿੱਖ ਰਹਿੰਦੇ ਸੀਗੇ, ਜਿਨ੍ਹਾਂ ਦਾ ਕਰੋੜਾਂ ਕਰੋੜਾਂ ਰੁਪਈਆਂ ਦਾ ਉਸ ਜ਼ਮਾਨੇ 'ਚ ਬਿਜ਼ਨਸ ਚੱਲਦਾ ਸੀ। ਉਹ ਲੱਖਾਂ ਰੁਪਈਆ ਦਸਵੰਧ ਕੱਢਦੇ ਸੀ, ਉਹ ਸਾਰਾ ਮਸੰਦ ਇਕੱਠਾ ਕਰਕੇ ਲਿਆਉਂਦੇ ਹਨ। ਕੁਛ ਸ਼੍ਰੀ ਰਾਮ ਰਾਏ ਟਿਕਦੇ, ਕੁਝ ਮਾਇਆ ਐਵੇਂ 54 ਕੁ ਬਾਬੇ ਰਾਮ ਰਾਏ ਨੂੰ ਦਿੰਦੇ, ਬਾਕੀ ਆਪ ਰੱਖ ਲੈਂਦੇ। ਰਾਮ ਰਾਏ ਨੂੰ ਥੋੜਾ ਜਿਹਾ ਦੇ ਦਿੰਦੇ, ਰਾਮ ਰਾਏ ਉਹਨੇ ਜੀ ਖੁਸ਼ ਹੋ ਜਾਂਦਾ ਵੀ ਚਲੋ ਕੁਛ ਆਉਂਦਾ ਹੀ ਹੈ ਨਾ। ਤੇ ਜਿਹੜੇ ਮਸੰਦ ਸੀਗੇ ਉਹ ਆਪਣੇ 75% ਤੇ ਆਪ ਹੀ ਰੱਖ ਜਾਂਦੇ, 25% ਬਾਬਾ ਜੀ ਨੂੰ ਦੇ ਛੱਡਦੇ। ਔਰ ਸਕਲ ਆਪਣੇ ਟਿਕ ਰੱਖ ਹੈ, ਬਸ ਜੋ ਦਿਲ ਕਰਦਾ ਦਿੰਦੇ, ਜੋ ਦਿਲ ਕਰਦਾ ਨਹੀਂ ਦਿੰਦੇ, ਆਪਣੇ ਕੋਲ ਹੀ ਰੱਖ ਲੈਂਦੇ ਮਾਇਆ ਦੇ ਨਾਲੋਂ ਜ਼ਿਆਦਾ। ਭਏ ਧਨੀ ਸਖੀਆਂ ਤਨ ਲੇਹ, ਇਹ ਮਸੰਦ ਹੌਲੇ ਹੌਲੇ ਸਿੱਖਾਂ ਦਾ ਪੈਸਾ ਲੈ ਕੇ ਅਮੀਰ ਹੋ ਗਏ। ਇਹਨਾਂ ਮਸੰਦਾਂ ਦੇ ਕੋਲ ਮਾਇਆ ਦਾ ਕੋਈ ਤੋਟਾ ਨਹੀਂ ਰਿਹਾ। ਪਾਏ ਪਦਾਰਥ ਪਏ ਹੰਕਾਰੀ, ਇਹ ਮਸੰਦ ਗੁਰੂ ਘਰ ਦੀ ਮਾਇਆ ਪ੍ਰਾਪਤ ਕਰ ਕਰਕੇ, ਇਕੱਠੀ ਕਰ ਕਰਕੇ ਮਾਇਆ ਦੇ ਨਾਲ ਅੰਨੇ ਹੋ ਗਏ, ਹੰਕਾਰੀ ਹੋ ਗਏ। ਕਿਉਂਕਿ ਜਦੋਂ ਮਾਇਆ ਆਉਂਦੀ ਨਾ, ਬੰਦੇ ਦੀਆਂ ਅੱਖਾਂ ਤੇ ਚਰਬੀ ਚੜ ਜਾਂਦੀ ਹੈ, ਉਹ ਹੰਕਾਰ ਦੇ ਵਿੱਚ ਮਾਇਆ 'ਚ ਅੰਨੇ ਹੋ ਗਏ। ਬੜੇ ਅਸ਼ਰਧਕ ਲਖ ਹੈ ਨਾ ਕੇਹ, ਬੜੇ ਨਾਸਤਕ ਜੇ ਹੋ ਗਏ, ਅਸ਼ਰਧਕ ਜੇ ਹੋ ਗਏ। ਭਾਵ ਗੁਰੂ ਨੂੰ ਸੰਗਤ ਨੂੰ ਸਮਝਦੇ ਹੀ ਕੁਛ ਨਹੀਂ। ਉਹ ਕਹਿੰਦੇ ਗੁਰੂ ਬਣਾਉਣਾ ਸਾਡੇ ਵੱਸ ਹੈ, ਸੰਗਤ ਸਾਡੀ ਭੇਡਾਂ ਨੇ, ਜਿੱਧਰ ਮਰਜ਼ੀ ਮੋੜ ਦਈਏ।
ਸੰਗਤ ਨੂੰ ਭੇਡਾਂ ਕਹਿਣ ਲੱਗ ਪਏ ਤੇ ਆਪਣੇ ਆਪ ਨੂੰ ਗੁਰੂ ਤੋਂ ਵੱਡਾ ਮੰਨਣ ਲੱਗ ਪਏ। ਮਸੰਦ ਗੁਰੂ ਬਣਾਵਣ ਹਮਰੇ ਬਸ ਹੈ, ਕਹਿੰਦੇ ਗੁਰੂ ਬਣਾਉਣਾ ਤੇ ਸਾਡੇ ਵਾਸ ਹੈ। ਅਸੀਂ ਬਾਬੇ ਰਾਮ ਰਾਏ ਨੂੰ ਗੁਰੂ ਬਣਾਈਏ, ਭਾਵੇਂ ਬਾਬੇ ਧੀਰਮਲ ਨੂੰ ਬਣਾ ਦਈਏ, ਭਾਵੇਂ ਅਸੀਂ ਕਿਸੇ ਹੋਰ ਨੂੰ ਬਣਾ ਦਈਏ, ਸਾਡੀ ਤਾਕਤ ਹੈ ਤਾਂ ਜਿਹਦਾ ਪ੍ਰਚਾਰ ਅਸੀਂ ਕਰਾਂਗੇ ਉਹ ਗੁਰੂ ਹੋਵੇਗਾ। ਇਹ ਗੱਲ ਮਸੰਦਾਂ ਦੇ ਦਿਮਾਗ ਚ ਬੈਠ ਗਈ, ਜਿਸ ਕੋ ਚਾਹਤ ਸਹਿ ਪੁਜੇ, ਜਿਹਦੀ ਮਰਜ਼ੀ ਅਸੀਂ ਪੂਜਾ ਕਰਾ ਦਈਏ। ਦਸਵੇਂ ਪਾਤਸ਼ਾਹ ਨੇ ਮਸੰਦ ਐਵੇਂ ਨੀ ਸਾੜੇ, ਸਾਧ ਸੰਗਤ ਜੀ ਬੇਗੁਨਾਹ ਨੂੰ ਗੁਰੂ ਨੀ ਮਾਰਦਾ ਹੁੰਦਾ। ਜਦੋਂ ਅੱਤ ਹੋ ਗਈ ਸੀ ਨਾ, ਅੱਤ ਦਾ ਤੇ ਰੱਬ ਦਾ ਵੈਰ ਹੁੰਦਾ, ਅੱਤ ਦਾ ਤੇ ਰੱਬ ਦਾ ਵੈਰ ਹੈ। ਜੇ ਕੋਈ ਬੰਦਾ ਬਾਜ ਹੀ ਨਾ ਆਵੇ ਕਰਤੂਤਾਂ ਤੋਂ ਤੇ ਫਿਰ ਉਹਦਾ ਇਲਾਜ ਕੀ ਹੈ? ਉਹਦਾ ਤੇ ਫਿਰ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ। ਮਹਾਰਾਜ ਨੇ ਐਵੇਂ ਕਿਸੇ ਨੂੰ ਬੇਗੁਨਾਹ ਨੂੰ ਨਹੀਂ ਕਦੀ ਡੰਡਾ ਮਾਰਿਆ, ਕਦੀ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ। ਜਦੋਂ ਸਾਰੇ ਹੀਲੇ ਟੱਪ ਜਾਣ ਫਿਰ ਸੋਧਾ ਲਾਣਾ ਪੈਂਦਾ। ਅੱਜ ਕੱਲ੍ਹ ਕਈ ਬੜਾ ਪ੍ਰਚਾਰ ਕਰਦੇ ਆ ਜੀ, ਇਹਦੇ ਗੁੰਡੇ ਆ ਜੀ, ਸ਼ਸਤਰ ਰੱਖਦੇ ਆ, ਤਲਵਾਰਾਂ ਰੱਖਦੇ ਆ, ਮਾਰਦੇ ਕੁੱਟਦੇ ਆ। ਖਾਲਸਾ ਕਦੀ ਵੀ ਕਿਸੇ ਨੂੰ ਬਿਨਾਂ ਮਤਲਬ ਦੇ ਨਾ ਮਾਰਦਾ, ਨਾ ਕੁੱਟਦਾ, ਨਾ ਝਿੜਕਦਾ, ਨਾ ਕਹਿੰਦਾ। ਪਰ ਜੇ ਕੋਈ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ ਹੀ ਨਾ ਆਵੇ ਫਿਰ ਕੀ ਕਰੀਏ? ਫਿਰ ਅਖੀਰ ਤਾਂ ਫਿਰ ਇਹੀ ਹੈ, ਹੋਰ ਤਾਂ ਕੋਈ ਚਾਰਾ ਹੀ ਕੋਈ ਨਹੀਂ। ਸੋ ਬਾਬੇ ਰਾਮ ਰਾਏ ਦੇ ਮਸੰਦਾਂ ਨੂੰ ਵੀ ਮਹਾਰਾਜ ਨੇ ਸੋਧਾ ਲਾਇਆ, ਜਾ ਕੇ ਕਿੱਥੇ ਦੇਹਰਾਦੂਨ। ਉਹਨਾਂ ਨੇ ਬਾਬਾ ਰਾਮ ਰਾਏ ਨੂੰ ਵੀ ਸਾੜਤਾ ਸੀ ਨਾ, ਜਿਉਂਦੇ ਸਾੜਤਾ ਬਾਬੇ ਰਾਮ ਰਾਏ ਨੂੰ। ਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬੀਬੀ ਪੰਜਾਬ ਕੌਰ ਮਾਤਾ ਜਿਹੜੀ ਬਾਬੇ ਰਾਮ ਰਾਏ ਜੀ ਦੀ ਪਤਨੀ, ਉਹਦੇ ਚਿੱਠੀ ਆਈ ਵੀ ਮਹਾਰਾਜ ਮੇਰਾ ਪਤੀ ਸਾੜਦਾ, ਤੁਹਾਡਾ ਭਤੀਜਾ ਸੀ, ਆਓ। ਦਸਵੇਂ ਪਾਤਸ਼ਾਹ ਮਹਾਰਾਜ ਗਏ ਫਿਰ ਮਸੰਦਾਂ ਨੂੰ ਸਾੜਿਆ। ਏਦਾਂ ਆਪਣੇ ਘਰ ਚ ਵੀ ਮਸੰਦ ਚੇਤੋ ਵਰਗੇ ਖਰਾਬੀਆਂ ਕਰਦੇ ਸੀ, ਉਹਨਾਂ ਨੂੰ ਵੀ ਸੋਧਾ ਲਾਇਆ। ਪਰ ਜਿਹੜੇ ਬੰਦੇ ਚੰਗੇ ਮਸੰਦ ਸੀ, ਬਾਬਾ ਫੇਰੂ ਸਾਹਿਬ ਸੱਚੀ ਦਾੜੀ, ਉਹਨਾਂ ਨੂੰ ਮਹਾਰਾਜ ਸਨਮਾਨ ਨਾਲ ਆਪਣੇ ਗਲ ਨਾਲ ਲਾਇਆ। ਉਹਨਾਂ ਨੂੰ ਸਰੋਪੇ ਦਿੱਤੇ, ਬਖਤ ਮਲ ਨੂੰ ਸਰੋਪੇ ਦਿੱਤੇ, ਜੀਤ ਮਲ ਨੂੰ ਕਿੱਡੇ ਜਿਹੜੇ ਚੰਗੇ ਮਸੰਦ ਸੀਗੇ ਉਹਨਾਂ ਦਾ ਮਹਾਰਾਜ ਨੇ ਸਨਮਾਨ ਵੀ ਕੀਤਾ। ਇਹ ਥੋੜਾ ਵੀ ਚੰਗਿਆਂ ਨੂੰ ਵੀ ਕੁੱਟ ਦਿੱਤਾ ਨਾਲ, ਇਹ ਨਹੀਂ ਕੀਤਾ। ਜਿਹੜੇ ਜਿਹਦੀ ਗਲਤੀ ਸੀ, ਜਿਹਦਾ ਗਲਤੀ ਜਿੰਨੀ ਗਲਤੀ ਸੀ ਉਨੀ ਸਜ਼ਾ ਦਿੱਤੀ। ਇਹ ਵੀ ਨਹੀਂ ਵੀ ਗਲਤੀ ਥੋੜੀ ਸਜ਼ਾ ਜ਼ਿਆਦੀ, ਨਾ, ਜਿੰਨੀ ਗਲਤੀ ਹੈ ਉਨੀ ਸਜ਼ਾ ਦਿੱਤੀ ਮਹਾਰਾਜ ਨੇ, ਸਤਿਗੁਰੂ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ। ਪਰ ਬਾਬਾ ਰਾਮ ਰਾਏ ਦੇ ਸਮੇਂ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ, ਯਾਨੀ ਸਨ 1661-62 ਦੇ ਵਿੱਚ ਮਸੰਦਾਂ ਨੇ ਬੜੀ ਅੱਤ ਚੁੱਕ ਲਈ। ਸਗਲ ਸੰਗਤਾ ਸੰਗ ਹਮਾਰੇ, ਮਸੰਦਾਂ ਨੂੰ ਹੰਕਾਰ ਹੈ ਵੀ ਸੰਗਤ ਸਾਡੇ ਵਸ ਵਿੱਚ ਹੈ, ਸਾਡੀ ਮੁੱਠੀ ਚ ਹੈ, ਸਾਡੇ ਨਾਲ ਹੈ ਸਾਰੀ ਸੰਗਤ। ਜਿਸ ਟਿਕ ਚਾਹ ਤਹ ਲੈ ਜਾਹੇ, ਅਸੀਂ ਜਿਹਦੇ ਕੋਲ ਮਰਜ਼ੀ ਲੈ ਜਾਈਏ ਸੰਗਤ ਨੂੰ, ਅਸੀਂ ਜਿਹਨੂੰ ਮਰਜ਼ੀ ਭਾਵੇਂ ਮਿੱਟੀ ਦਾ ਗੁਰੂ ਬਣਾ ਦਈਏ ਨਾ, ਉਹਨੂੰ ਵੀ ਸੰਗਤ ਮੱਥਾ ਟੇਕੇਗੀ। ਨਿਜ ਅਸਤੀਨ ਹਲਾਵਨ ਕਰਕੇ, ਅਸੀਂ ਆਪਣੇ ਚੋਲੇ ਦੀ ਕਲੀ ਹਿਲਾ ਦਈਏ, ਗੁਰੂ ਨਿਕਾਸਹ ਦੇਹ ਬਿਠਾਏ, ਉਹਦੇ ਵਿੱਚੋਂ ਗੁਰੂ ਕੱਢ ਸਕਦੇ ਹਾਂ। ਗੁਰੂ ਦੇ ਅਸੀਂ ਪੱਲਾ ਝਾੜੀਏ ਨਾ, ਉਹਦੇ ਚੋਂ ਡਿੱਗਦੇ ਆ ਕਹਿੰਦੇ ਗੁਰੂ। ਇੰਨਾ ਹੰਕਾਰ ਹੋ ਗਿਆ ਇਹਨਾਂ ਪਾਪੀਆਂ ਮਸੰਦਾਂ ਨੂੰ। ਜੋਗਰ ਰਹਿ ਅਧੀਨ ਹਮਾਰੇ, ਜਿਹੜਾ ਗੁਰੂ ਸਾਡੇ ਅਧੀਨ ਰਹੇਗਾ, ਜਿਹੜਾ ਗੁਰੂ ਸਾਡੇ ਕਾਬੂ ਚ ਰਹੇਗਾ, ਸਾਡੀ ਗੱਲ ਮੰਨੇਗਾ, ਉਹ ਹੀ ਕਾਮਯਾਬ ਗੁਰੂ ਹੋਵੇਗਾ। ਅਸੀਂ ਉਹਦੇ ਪੈਰਾਂ ਤੇ ਮੱਥਾ ਟਿਕਾਵਾਂਗੇ, ਅਸੀਂ ਉਹਦੀ ਪੂਜਾ ਕਰਾਵਾਂਗੇ। ਅੱਜ ਵੀ ਖਾਲਸੇ ਪੰਥ ਵਿੱਚ ਸਾਰਾ ਕੁਝ ਇਹੀ ਚੱਲ ਰਿਹਾ ਸਾਧ ਸੰਗਤ ਜੀ। ਪਰ ਉਹ ਦਿਨ ਹੁਣ ਦੂਰ ਨਹੀਂ ਹੈ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਨੇ ਸੁਹਾਗਾ ਫੇਰਨਾ ਹੈ, ਤੇ ਉਹ ਸੁਹਾਗੇ ਦੇ ਵਿੱਚ ਜਿਹੜੇ ਵੀ ਕੱਚੇ ਪਿੱਲੇ ਸਾਰੇ ਹੀ ਦਰੜੇ ਜਾਣੇ ਹੈ। ਇਹ ਕੁਦਰਤੀ ਖੇਡ ਵਰਤਦੀ ਹੈ, ਹਰ 50-100 ਸਾਲ ਬਾਅਦ ਭਾਣਾ ਵਰਤਦਾ ਹੈ ਮਹਾਰਾਜ ਪਰਮੇਸ਼ਰ। ਜਿਵੇਂ ਸਾਡੇ ਘਰ ਦੇ ਵਿੱਚ ਕੂੜਾ ਇਕੱਠਾ ਹੋ ਜਾਂਦਾ ਨਾ, ਤੇ ਸ਼ਨੀ ਐਤਵਾਰ ਨੂੰ ਸਾਰੇ ਘਰ ਦੀ ਆਪਾਂ ਸਫਾਈ ਕਰਦੇ ਹਾਂ, ਜਾਂ ਜਦੋਂ ਟਾਈਮ ਮਿਲੇ ਨਾ, ਸਫਾਈ ਹੁੰਦੀ ਕੁਦਰਤੀ ਹੁੰਦੀ ਹੈ, ਜੇ ਆਪਾਂ ਨਾ ਕਰੀਏ ਤੇ ਨੇਚਰ ਕਰ ਦਿੰਦੀ ਹੈ। ਸੋ ਏਦਾਂ ਪਰਮੇਸ਼ਰ ਨੇ ਇਹ ਕੋਈ ਕਲਾ ਵਰਤਾਣੀ ਹੈ। ਤੇ ਇਹ ਜਿਹੜੇ ਮਸੰਦ ਬਣੇ ਫਿਰਦੇ ਕਹਿੰਦੇ ਬਸ ਸਾਡੇ ਤੋਂ ਬਿਨਾਂ ਗੁਰਦੁਆਰੇ ਨਹੀਂ ਚੱਲਦੇ, ਸਾਡੇ ਤੋਂ ਬਿਨਾਂ ਕਮੇਟੀਆਂ ਨਹੀਂ ਚੱਲਦੀਆਂ, ਸਾਡੇ ਤੋਂ ਬਿਨਾਂ ਪੰਥ ਨਹੀਂ ਚੱਲਦਾ, ਸਾਡੇ ਤੋਂ ਬਿਨਾਂ ਗ੍ਰੰਥ ਨਹੀਂ ਚੱਲਦਾ। ਇਹਨਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਨੇ ਨੱਥ ਮਾਰਨੀ ਹੈ, ਤੇ ਮਾਰਨੀ ਵੀ ਇਹੋ ਜਿਹੀ ਹੈ ਵੀ ਇਹ ਭਾਲਿਆ ਥਿਆਣੇ ਕੋਈ ਨੀ, ਲੱਭਣੇ ਕੋਈ ਨੀ, ਕਿੱਥੇ ਚਲੇ ਗਏ। ਹਾਂਜੀ, ਕਹਿੰਦੇ ਮਸੰਦੇ ਕਹਿਣ ਲੱਗ ਪਏ, ਜੇ ਗੁਰੂ ਰਾਮ ਰਾਏ ਸਾਨੂੰ ਨਹੀਂ ਮੰਨੇਗਾ, ਅਸੀਂ ਕਿਸੇ ਹੋਰ ਕੋਲ ਲੈ ਜਾਵਾਂਗੇ। ਜੇ ਜਿਹੜੇ ਗੁਰੂ ਸਾਨੂੰ ਮੰਨਣਗੇ ਉਹਨਾਂ ਦੀ ਪੂਜਾ ਕਰਾਵਾਂਗੇ। ਧੀਰ ਮੱਲੀਆਂ ਦੇ ਮਸੰਦ ਵੀ ਉਹੀ ਕਰਨ ਲੱਗ ਪਏ ਸੀਗੇ, ਰਾਮ ਰਾਈਆਂ ਦੇ ਤੇ ਕਰਦੇ ਹੀ ਸੀ, ਮੀਣਿਆਂ ਦੇ ਮਸੰਦ ਵੀ ਵੱਖਰੇ ਵੱਖਰੇ ਸੀ ਨਾ। ਬਾਬੇ ਪ੍ਰਿਥੀ ਚੰਦ ਦੀ ਗੱਦੀ ਸੀ,
ਬਾਬਾ ਪਿਰਤੀ ਜਾਂ ਦਾ ਪੁੱਤਰ ਸੀ ਮਿਹਰਬਾਨ, ਮਿਹਰਬਾਨ ਦਾ ਪੁੱਤਰ ਹਰਜੀ ਚਤੁਰਭੁਜ, ਅਤੇ ਅੱਗੇ ਨਿਰੰਜਨ ਰਾਏ, ਇਹ ਜਿਹੜੇ ਦੱਖਣੀ ਰਾਏ ਵਗੈਰਾ। ਦੱਖਣੀ ਰਾਏ ਤਾਂ ਖੈਰ ਮਹਾਤਮਾ ਹੋ ਗਏ ਇਹਨਾਂ ਵਿੱਚੋਂ। ਸੋਢੀ ਕੌਰ ਸਾਹਿਬ ਨੇ ਮਹਾਰਾਜ ਤੋਂ ਅੰਮ੍ਰਿਤ ਛਕ ਲਿਆ ਦਸਵੇਂ ਪਾਤਸ਼ਾਹ ਕੋਲੋਂ, ਉਹਨਾਂ ਦੇ ਪੋਤਿਆਂ ਨੇ, ਅਤੇ ਕੁਝ ਨੇੜੇ ਲੱਗੇ। ਪਰ ਉਸ ਤੋਂ ਪਹਿਲੀ ਹਾਲਤ ਜਦੋਂ ਸ਼ੁਰੂਆਤ ਵਿੱਚ, ਉਸ ਵੇਲੇ ਇਹਨਾਂ ਦਾ ਹਾਲ ਮਾੜਾ ਸੀਗਾ। ਇਹਨਾਂ 'ਚ ਵੀ ਮਸੰਤ ਪੁਰਸ਼ਾ ਗਰਦੀ ਕਰਦੇ, ਇਹਨਾਂ ਨੂੰ 5 ਪੈਸੇ ਲਿਆ ਕੇ ਦੇ ਦਿੰਦੇ, ਗੁਰੂ ਜੀ ਕਹਿ ਛੱਡਦੇ, ਅਤੇ ਸੰਗਤ ਨੂੰ ਲੁੱਟਦੇ ਰਹਿੰਦੇ। ਧੀਰਮਲੀਆਂ ਦੇ ਮਸੰਤ ਧੀਰਮਲ ਨੂੰ ਘੂਰ ਛੱਡਦੇ ਵੀ ਜੇ ਤੂੰ ਸਾਡੀ ਮਾਨਤਾ ਨਹੀਂ ਕਰੇਗਾ ਤਾਂ ਦੇਖ ਲੈ ਤੇਰੀ ਪੂਜਾ ਨਹੀਂ ਹੋਵੇਗੀ। ਉਹ ਵੀ ਚੁੱਪ, ਕੱਚੇ ਗੁਰੂ ਸੀ ਨਾ ਉਹ, ਜਿਹੜਾ ਸੱਚਾ ਗੁਰੂ ਸੀ ਕਲਗੀਆਂ ਵਾਲਾ ਪਾਤਸ਼ਾਹ, ਉਹਨੇ ਸਾਰਿਆਂ ਦੀ ਰੜਕਾਂ ਕੱਢਤੀਆਂ। ਕਲਗੀਧਰ ਪਾਤਸ਼ਾਹ ਨੇ ਫਿਰ ਸੈਨ ਤੀਰ ਤਰ੍ਹਾਂ ਸਿੱਧੇ ਕਰਤੇ, ਕਿਸੇ ਦੀ ਰੜਕ ਫੜਕ ਨਹੀਂ ਛੱਡੀ। ਮਾਂ ਉਹ ਪਰਮੇਸ਼ਰ ਅਕਾਲ ਪੁਰਖ ਦੀ ਮਹਾਂਸ਼ਕਤੀ ਸੀ ਦਸਵੇਂ ਪਾਤਸ਼ਾਹ, ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੱਠਵੇਂ ਤੇ ਨੌਵੇਂ ਪਾਤਸ਼ਾਹ ਨੇ ਇਹ ਭਾਣਾ ਮੰਨਿਆ ਵੀ ਕੋਈ ਨੀ, ਟਾਈਮ ਆਏਗਾ, ਡੰਡੇ ਵਾਲਾ ਆ ਰਿਹਾ, ਉਹ ਇਹਨਾਂ ਨੂੰ ਸਿੱਧਾ ਕਰੇਗਾ, ਨਾਲੇ ਇਹਨਾਂ ਦੇ ਘੜੇ ਭਰ ਜਾਣ ਪਾਪ ਦੇ। ਜਿੰਨਾ ਚਿਰ ਪੂਰੇ ਘੜੇ ਨਹੀਂ ਨਾ ਭਰਦੇ ਉਹਨਾਂ ਚਿਰ ਡੁੱਬਦੇ ਨਹੀਂ ਹੁੰਦੇ, ਕੁਦਰਤ ਦਾ ਨਿਯਮ ਹੈ। ਤੋ ਮਸੰਦ ਇੰਨੇ ਹੰਕਾਰੀ ਕਹਿੰਦੇ ਜੇ ਬਾਬਾ ਰਾਮ ਰਾਏ ਤਿੜਫਿੜ ਕਰੇਗਾ ਅਸੀਂ ਧੀਰਮਲ ਕੋਲ ਸੰਗਤ ਲੈ ਜਾਂਗੇ, ਜੇ ਉਹ ਕਰੇਗਾ ਫਿਰ ਆਪਾਂ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਲੈ ਜਾਂਗੇ, ਜੇ ਗੁਰੂ ਹਰਕ੍ਰਿਸ਼ਨ ਨਹੀਂ ਮੰਨੇਗਾ ਤੇ ਅਸੀਂ ਕਿਸੇ ਹੋਰ ਨੂੰ ਗੁਰੂ ਬਣਾ ਦੇਵਾਂਗੇ। ਏਦਾਂ ਦੀ ਘੂਰ ਘੱਪ ਜਿਹੜੀ ਸੀ ਨਾ, ਉਹ ਬਾਬੇ ਰਾਮ ਰਾਏ ਨੂੰ ਤੇ ਬਾਬੇ ਧੀਰਮਲ ਨੂੰ ਤੇ ਮੀਣਿਆਂ ਨੂੰ ਕਰਕੇ ਮਸੰਦ ਆਪਣੀ ਮਰਜ਼ੀ ਚਲਾਉਂਦੇ ਰਹੇ, ਕਹਿੰਦੇ ਅਸੀਂ ਇੱਕ ਨੂੰ ਕੱਟ ਕੇ ਦੂਜਾ ਗੁਰੂ ਬਣਾ ਦਿਆਂਗੇ। ਇਸ ਤਰ੍ਹਾਂ ਮੂਰਖਾਂ ਨੂੰ ਹੰਕਾਰ ਹੋ ਗਿਆ, ਪੈਸਾ ਵੀ ਬਹੁਤ ਹੋ ਗਿਆ ਉਹਨਾਂ ਕੋਲ, ਜਿਨ੍ਹਾਂ ਦੀ ਜੇਬ, ਕਹਿੰਦੇ ਜਿਨ੍ਹਾਂ ਦੀ ਕੋਠੀ ਦਾਣੇ ਕਮਲੇ ਵੀ ਸਿਆਣੇ, ਉਹ ਗੱਲ ਬਣ ਗਈ, ਪੈਸੇ ਦੇ ਨਾਲ ਅੰਨੇ ਹੋ ਗਏ ਮਸੰਦ। ਨਿਤ ਪ੍ਰਤ ਚਲਤੇ ਪਏ ਕੁਚਾਲ, ਤੇ ਰੋਜ਼ ਪੁੱਠੀਆਂ ਚਾਲਾਂ ਚੱਲਣ ਲੱਗ ਪਏ, ਪਾਨ ਬਾਰਣੀ ਬਾਰ ਬਦੂਰਤ, ਇੱਥੋਂ ਤੱਕ ਹੋ ਗਿਆ ਵੀ ਸ਼ਰਾਬ ਵੀ ਪੀਣ ਲੱਗ ਪਏ ਤੇ ਵੇਸ਼ਵਾਗਾਮੀ ਵੀ ਹੋ ਗਏ, ਲੱਗੇ ਪਾਪ ਮਹਿ ਦੁਸ਼ਟ ਵਿਸਾਲ, ਕਿਉਂਕਿ ਪਾਪ ਦਾ ਘੜਾ ਭਰਨਾ ਸੀਗਾ, ਉਹ ਬਿਰਤੀ ਖਰਾਬ ਹੋ ਗਈ। ਜਿਹੜੇ ਕਿਤੇ ਭਾਈ ਫੇਰੂ ਵਰਗੇ ਬ੍ਰਹਮ ਗਿਆਨੀ, ਭਾਈ ਸਾਲੋ ਵਰਗੇ ਮਸੰਦ, ਕਿਤੇ ਭਾਈ ਬਹਿਲੋ ਵਰਗੇ ਬ੍ਰਹਮ ਗਿਆਨੀ ਹੁੰਦੇ ਸੀ, ਭਾਈ ਭਗਤੂ ਵਰਗੇ ਬ੍ਰਹਮ ਗਿਆਨੀ ਹੁੰਦੇ ਸੀ, ਤੇ ਕਿਤੇ ਉਹਨਾਂ ਦੇ ਪੁੱਤਰ ਪੁੜੋਤਰੇ ਹੀ ਸਮਝ ਲਓ, ਜਾਂ ਦੂਜੀ ਉਹਨਾਂ ਦੀ ਜਨਰੇਸ਼ਨ, ਤੀਜੀ ਜਨਰੇਸ਼ਨ ਜਿਹੜੀ ਸੀ ਉਹਨਾਂ ਦੇ ਵਿੱਚ ਏਦਾਂ ਦੀ ਬਿਰਤੀ। ਸਾਰੇ ਤਾਂ ਜਿਹੜੇ ਮਹਾਂਪੁਰਸ਼ ਹੋਏ ਨੇ ਉਹਨਾਂ ਦੇ ਬੱਚੇ ਚੰਗੇ ਰਹੇ ਨੇ, ਪਰ ਕਈ ਹੋਰ ਵੀ ਸਨ ਤੇ ਉਹ ਇਹੋ ਜਿਹੇ ਹੋ ਗਏ। ਮਸੰਦ ਨਵੇਂ ਜਿਹੜੇ ਅੱਠਵੇਂ ਪਾਤਸ਼ਾਹ ਦੇ ਸਮੇਂ ਦੇ, ਉਹ ਕਹਿੰਦੇ ਸਾਰੇ ਪਾਪਾਂ ਵਿੱਚ ਪ੍ਰਵਿਰਤ ਹੋਣ ਲੱਗ ਪਏ। ਨਿਰਧਨ ਸਿੱਖਿਆ ਨੂੰ ਕਹੋ ਦੁਖਦਾਇਕ, ਗਰੀਬ ਸਿੱਖਾਂ ਨੂੰ ਦੁੱਖ ਦਿੰਦੇ ਸੀ, ਗਰੀਬ ਸਿੱਖਾਂ ਦੇ ਘਰਾਂ 'ਚ ਜਾਣਾ, ਉਹਨਾਂ ਨੂੰ ਜ਼ਬਰਦਸਤੀ, ਜੇ ਕਿਸੇ ਗਰੀਬ ਨੇ ਵਿਚਾਰੇ ਨੇ ਦਾਲ ਰੋਟੀ ਬਣਾਉਣੀ, ਉਹਨੂੰ ਕਹਿਣਾ ਹੋਵੇ ਮੁਰਗਾ ਨਹੀਂ ਬਣਾਇਆ ਹੋਵੇ, ਜਾ ਮੁਰਗਾ ਲੈ ਗਿਆ ਦਾਲ ਰੋਟੀ ਚੁੱਕ ਕੇ ਸੁੱਟ ਦੇਣੀ, ਜੇ ਕਿਸੇ ਨੇ ਖੇਸ ਕੰਬਲ ਦਿੱਤਾ ਮਾੜਾ ਕੱਪੜਾ ਨਹੀਂ, ਵਧੀਆ ਦੁਸ਼ਾਲਾ ਲੈ ਗਿਆ ਸਾਡੇ ਵਾਸਤੇ, ਬਿਸਤਰਾ ਪਲੰਘਾ ਵਧੀਆ ਵਿਛਾ, ਏਦਾਂ ਗਰੀਬ ਸਿੱਖਾਂ ਨੂੰ ਤੰਗ ਕਰਦੇ ਸੀ, ਬਹੁਤ ਉਹਨਾਂ ਦੀ ਬੇਇੱਜ਼ਤੀ ਕਰਦੇ ਸੀ ਗਰੀਬਾਂ ਦੀ, ਉਹਨਾਂ ਨੂੰ ਝਿੜਕਦੇ ਸੀ ਗੁਰੂ ਮਾਰਿਆ ਤੈਨੂੰ ਗੁਰੂ ਦਾ ਸਰਾਪ ਲੱਗ ਜਾਏਗਾ। ਗਰੀਬ ਸਿੱਖ ਡਰਦੇ ਵੀ ਗੁਰੂ ਦਾ ਸਰਾਪ ਨਾ ਲੱਗ ਜੇ, ਉਹ ਵਿਚਾਰੇ ਕਰਜ਼ਾ ਚੁੱਕ ਚੁੱਕ ਕੇ ਪੈਸੇ ਇਹਨਾਂ ਨੂੰ ਦਿੰਦੇ ਸੀ, ਗੁਰ ਮਾਰਿਓ ਤੂੰ ਦਰਬ ਨਾ ਦੇ ਤੋ, ਤੇ ਸਿੱਖਾਂ ਨੂੰ ਕਹਿੰਦੇ ਸੀ ਗੁਰੂ ਮਾਰਿਆ ਤੂੰ ਮਾਇਆ ਨੀ ਦਿੰਦਾ। ਹੁਣ ਗਰੀਬ ਸਿੱਖ ਤੇ ਗੁਰੂ ਤੇ ਸ਼ਰਧਾ ਰੱਖਦਾ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਿੱਖ ਹੈ, ਤੇ ਇਹ ਗੁਰੂ ਦੇ ਮਸੰਦ ਬਣੇ ਹੋਏ ਜਿਹੜੇ ਨੇ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਸੀ ਸਿੱਖਾਂ ਦੀ ਸ਼ਰਧਾ ਦਾ। ਨਿਤ ਕਟੰਬ ਕਰ ਤੋ ਪ੍ਰਤਪਾਲ, ਹਾਂ ਕਹਿੰਦੇ ਤੂੰ ਆਪਣਾ ਟੱਬਰ ਪਾਲੀ ਜਾਂਦਾ, ਗੁਰੂ ਦਾ ਸੰਬੰਧ ਨੀ ਦਿੰਦਾ, ਏਦਾਂ ਧਮਕੀ ਦਿੰਦੇ ਸੀ। ਮੈਂ ਗੁਰ ਕੋ ਸਿੱਖ ਨਾ ਤੁਮ ਲਿਖਦੇ ਹੋ, ਹਾਂ ਜੇ ਨਹੀਂ ਪੈਸੇ ਦੇਣੇ ਇੰਨਾ ਤੇਰੇ ਤੋਂ ਲੈਣੇ ਆ। ਬਹੁਤ ਗਰੀਬ ਸਿੱਖ ਹੋਵੇ ਮਾੜੇ ਤੋਂ ਮਾੜਾ, ਉਹਨੂੰ ਵੀ ਕਹਿੰਦੇ ਸੀ 21 ਰੁਪਈਏ ਦੇ, 21 ਰੁਪਈਏ ਸਾਧ ਸੰਗਤ ਜੀ ਅੱਜ ਕੱਲ੍ਹ ਦੇ 21,000 ਵਰਗੇ ਸੀਗੇ ਚਾਂਦੀ ਦੇ ਰੁਪਈਏ, ਤੇ ਉਹ ਕਹਿ ਉਹ ਵਿਚਾਰਾ ਕਹਿੰਦਾ ਵੀ ਮੇਰੇ ਕੋਲ ਹੈ ਨਹੀਂ, ਕਹਿੰਦੇ ਫਿਰ ਲਿਖ ਕੇ ਦੇ ਦੇ ਵੀ ਤੂੰ ਮੈਂ ਸਿੱਖ ਨਹੀਂ ਗੁਰੂ ਦਾ। ਹੁਣ ਏਦਾਂ ਗੁਰੂ ਦਾ ਸਿੱਖ ਕੋਈ ਲਿਖ ਕੇ ਦੇ ਨਹੀਂ ਸਕਦਾ ਵੀ ਮੈਂ ਗੁਰੂ ਦਾ ਸਿੱਖ ਨਹੀਂ ਆ। ਕਰਜ਼ਾ ਚੁੱਕ ਚੁੱਕ ਕੇ ਆਪਣੇ ਘਰ ਭਾਂਡੇ ਵੇਚ ਕੇ ਸਿੱਖਾਂ ਨੇ ਇਹਨਾਂ ਦੇ ਪੈਸੇ ਤਾਰੇ, ਤੇ ਇਹ ਉਹ ਪੈਸਿਆਂ ਨਾਲ ਸ਼ਰਾਬਾਂ ਪੀਂਦੇ ਸੀਗੇ, ਮਾੜੇ ਕੰਮ ਕਰਦੇ ਸੀ, ਇਮਟਰ ਪਾਏ ਲੇਤ ਧਨ ਛੀਨ, ਲੋਕਾਂ ਨੂੰ ਡਰਾ ਡਰਾ ਕੇ ਗੁਰੂ ਘਰ ਦੀ ਮਾਇਆ ਖੋਣ ਲੱਗ ਪਏ ਮਸੰਦ। ਘਰ ਕੀ ਵਸਤ ਬਿਕਾ ਵਹਿ ਬਲ ਤੇ, ਜ਼ੋਰ ਨਾਲ ਸਿੱਖਾਂ ਦੇ ਕੋਲ ਉਹਨਾਂ ਦਾ ਘਰ ਦਾ ਸਮਾਨ, ਕਿਸੇ ਦੀ ਜ਼ਮੀਨ ਗਹਿਣੇ ਰਖਾ ਦੇਣੀ,
ਕਿਸੇ ਕੋਲ ਕਿੱਲਾ ਤੋਂ ਕਿੱਲੇ ਜ਼ਮੀਨ ਹੋਣੀ, ਉਹ ਗਹਿਣੇ ਲਿਖਾਣੀ, ਕਿਸੇ ਦਾ ਘਰ ਗਿਰਵੀ ਕਰਾ ਦੇਣਾ, ਕਿਸੇ ਦੇ ਭਾਂਡੇ ਵਿਕਾ ਦੇਣੇ। ਇੱਥੋਂ ਤੱਕ ਵੀ ਕਈ ਜਗ੍ਹਾ 'ਤੇ ਜ਼ਿਕਰ ਆਉਂਦਾ ਵੀ ਸਿੱਖਾਂ ਨੇ ਆਪਣੀਆਂ ਘਰ ਵਾਲੀਆਂ ਦੇ ਕੱਪੜੇ ਤੱਕ, ਗਹਿਣੇ ਤੱਕ ਵੇਚ ਕੇ ਨਾ ਅਤੇ ਇਹਨਾਂ ਪਾਪੀਆਂ ਨੂੰ ਪੈਸੇ ਦਿੱਤੇ, ਅਤੇ ਇਹ ਫੇਰ ਵੀ ਉਹਨਾਂ ਨੂੰ ਸਰਾਪ ਦੇਣ ਦੀ ਧਮਕੀ ਦਿੰਦੇ ਹੁੰਦੇ ਸੀ। ਹਾਂਜੀ, ਕਰਹਿ ਤੰਗ ਅਰ ਅਧਿਕ ਸਦੀਨ, ਕਹਿੰਦੇ ਬਹੁਤ ਜ਼ਿਆਦਾ ਤੰਗ ਕਰਦੇ ਸੀ ਸਿੱਖਾਂ ਗਰੀਬਾਂ ਨੂੰ ਮਸੰਦ। ਕਬ ਸ਼੍ਰੀ ਰਾਮ ਰਾਏ ਟਿਕ ਪਹੁੰਚਾ ਹੈ, ਤੇ ਬਾਬੇ ਰਾਮ ਰਾਏ ਕੋਲ ਸਾਲ ਪਿੱਛੋਂ ਆਉਂਦੇ ਸੀ, ਕਦੀ 6 ਮਹੀਨੇ ਬਾਅਦ, ਕਦੀ ਸਾਲ ਬਾਅਦ, ਦੂਰ ਵਾਲੇ ਸਾਲ ਪਿੱਛੋਂ ਆਉਂਦੇ ਤੇ ਨੇੜੇ ਵਾਲੇ 6 ਮਹੀਨੇ ਬਾਅਦ ਆ ਜਾਣਾ, ਤੇ ਕਦੀ ਕਦੀ ਬਾਬੇ ਨੂੰ ਆ ਕੇ ਮੂੰਹ ਵਿਖਾ ਜਾਣਾ, ਬਾਬਾ ਜੀ ਸਤਿਗੁਰੂ ਜੀ ਆਹ ਲਓ ਆਹ ਦਸਵੰਧ ਆਇਆ, 5% 10% ਦੇਣਾ, ਬਾਕੀ 70-80% ਆਪ ਹੀ ਖਾ ਜਾਣਾ। ਹਾਂਜੀ, ਕਰਹਿ ਪਕਾਰ ਹਮ ਹੈ ਦੁਖ ਦੀਨ। ਹਾਂ, ਤੇ ਸਿੱਖ ਵਿਚਾਰੇ ਜਿਹੜੇ ਸੀ ਉਹ ਵੀ ਕਈ ਵਾਰੀ ਬਾਬੇ ਰਾਮ ਰਾਏ ਕੋਲ ਆਉਂਦੇ ਸੀ ਤੇ ਉਹ ਰੋ ਪੁਕਾਰ ਕਰਦੇ, ਮਹਾਰਾਜ ਜੀ ਗੁਰੂ ਜੀ ਅਸੀਂ ਤੇ ਗਰੀਬ ਹਾਂ, ਸਾਡੇ ਕੋਲ ਇੰਨੀ ਮਾਇਆ ਨਹੀਂ, ਤੁਹਾਡੇ ਮਸੰਦ ਬੜੇ ਤੰਗ ਕਰਦੇ ਨੇ, ਉਹ ਕਹਿੰਦੇ ਪੈਸੇ ਦਿਓ, ਅਸੀਂ ਇੰਨਾ ਦਸਵੰਧ ਗੁਰੂ ਜੀ ਦੇ ਨਹੀਂ ਸਕਦੇ, ਕਿੱਥੋਂ ਦਈਏ। ਡਰਪ ਮਸੰਦਨ ਤੇ ਨਾ ਪਨ ਹੈ ਕੁਛ, ਪਰ ਬਾਬਾ ਰਾਮ ਰਾਏ ਮਸੰਦਾਂ ਤੋਂ ਡਰਦਾ ਸੀਗਾ, ਉਹਨੂੰ ਦੇ ਸੀ ਵੀ ਜੇ ਮੈਂ ਸਿੱਖਾਂ ਦਾ ਪੱਖ ਲਿਆ ਤੇ ਇਹਨਾਂ ਮਸੰਦਾਂ ਨੇ ਮੇਰਾ ਗਲਾ ਦੱਬ ਲੈਣਾ। ਉਹ ਸਿੱਖਾਂ ਨੂੰ ਵੀ ਕੁਛ ਨਹੀਂ ਸੀ ਕਹਿ ਸਕਦਾ ਤੇ ਮਸੰਦਾਂ ਨੂੰ ਵੀ ਕੁਛ ਨਹੀਂ ਸੀ ਕਹਿ ਸਕਦਾ, ਉਹਦਾ ਵਿੱਚ ਵਿਚੋਲਾ ਏਦਾਂ ਫਸ ਗਿਆ ਦੋਵੇਂ ਪਾਸਿਓਂ, ਨਾ ਉਹ ਸਿੱਖਾਂ ਨੂੰ ਕਹੇ ਵੀ ਤੁਹਾਨੂੰ ਤੁਸੀਂ ਮਾਇਆ ਦਿਓ, ਕਿਉਂਕਿ ਉਹਨੂੰ ਇਹ ਤਾਂ ਪਤਾ ਸੀ ਵਿਚਾਰੇ ਗਰੀਬ ਨੇ, ਖੈਰ ਗੁਰੂ ਦਾ ਪੁੱਤਰ ਸੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਇੰਨੀ ਤੇ ਉੱਤੇ ਕਿਰਪਾ ਸੀ ਵੀ ਉਹਨੂੰ ਇੰਨੀ ਅਕਲ ਸੀਗੀ, ਪਰ ਮਸੰਦਾਂ ਨੂੰ ਵੀ ਨਹੀਂ ਕਹਿ ਸਕਦਾ ਬਈ ਤੁਸੀਂ ਇਹਨਾਂ ਨੂੰ ਨਾ ਤੰਗ ਕਰੋ, ਏਦਾਂ ਦੀ ਹਾਲਤ ਬਣੀ ਹੋਈ ਸੀ। ਬਸ ਕਹਿ ਛੱਡਦਾ ਸੀ ਕੋਈ ਨੀ ਭਾਈ ਸਿੱਖੋ, ਕੋਈ ਨੀ ਤੁਹਾਨੂੰ ਅੱਗੇ ਨੂੰ ਨੀ ਤੁਹਾਨੂੰ ਤੰਗ ਕਰਨਗੇ, ਉਹ ਫੇਰ ਸਾਲ ਪਿੱਛੋਂ ਜਾ ਕੇ ਤੰਗ ਕਰਦੇ ਸੀ। ਹਾਂਜੀ, ਦੋਹਰਾ ਇਸ ਬਿਧ ਆਪਣੀ ਸੰਗਤਾ, ਹਾਂ ਇਸ ਤਰ੍ਹਾਂ ਆਪਣੀ ਗੁਰੂ ਨਾਨਕ ਦੀਆਂ ਸੰਗਤਾਂ ਬਾਂਟ ਮਸੰਦਨ ਦੀਨ, ਮਸੰਦਾਂ ਨੇ ਟੋਟੇ ਟੋਟੇ ਕਰਤੀਆਂ, ਵੰਡ ਦਿੱਤੀਆਂ, ਕੁਝ ਮਸੰਦਾਂ ਨੇ ਧੀਰ ਮਲੀਆਂ ਨੇ ਵੱਲ ਖਿੱਚ ਲਈਆਂ, ਕੁਝ ਰਾਮ ਰਾਈਆਂ ਨੇ, ਕੁਝ ਮੀਣਿਆਂ ਨੇ, ਗੁਰੂ ਸਾਹਿਬ ਦੇ ਕੋਲ ਤਾਂ ਥੋੜੇ ਜਿਹੇ ਸਿੱਖ ਜਿਹੜੇ ਪ੍ਰੇਮੀ ਸਨ, ਕਮਾਈਆਂ ਵਾਲੇ ਸਿਦਕੀ ਸਨ, ਉਹ ਰਹਿ ਗਏ, ਜਿਹੜੇ ਬੇਸਿਦਕੇ ਸਨ ਉਹ ਪੈਸੇ ਦੇ ਲਾਲਚੀ ਲੋਭੀ, ਜਿੱਧਰ ਸਾਧ ਸੰਗਤ ਜੀ ਵੇਖੀ ਤਵਾ ਪਰਾਤ ਉੱਧਰ ਕੱਟੀ ਸਾਰੀ ਰਾਤ, ਅੱਜ ਕੱਲ੍ਹ ਵੀ ਇਹੀ ਹੈ। ਜੇ ਕੋਈ ਗੁਰਸਿੱਖ ਕਮਾਈ ਵਾਲਾ ਸੰਤ ਮਹਾਂਪੁਰਸ਼ ਅੱਜ ਪੰਥ ਵਿੱਚ ਹੋਵੇ ਸੱਚਾ ਸੁੱਚਾ, ਉਹਦੇ ਡੇਰੇ ਦੇ ਵਿਚਾਰੇ ਦੇ ਦਾਲ ਨਹੀਂ ਰੋਂਦੀ ਸ਼ਾਮ ਜੋਗੇ, ਰੋਟੀ ਆਟਾ ਨਹੀਂ ਹੁੰਦਾ, ਤੇ ਜਿਹੜੇ ਪਖੰਡੀ ਨੇ ਉਹਨਾਂ ਦੇ ਪੂੜੇ ਬਣਦੇ ਅੱਜ ਕੱਲ੍ਹ, ਤੇ ਇਹ ਹਾਲਾਤ ਅੱਜ ਪੰਥ ਦੇ ਵਿੱਚ ਅੱਜ ਉਦੋਂ ਵੀ ਮਾੜਾ ਹਾਲ ਹੈ ਖਾਲਸਾ ਜੀ ਜੇ ਦੇਖਿਆ ਜਾਵੇ ਤਾਂ, ਪਰ ਗੁਰੂ ਵੇਖ ਰਿਹਾ ਹੈ ਤੇ ਗੁਰੂ ਦਾ ਸੁਹਾਗਾ ਵੀ ਆ ਥੋੜੇ ਦਿਨਾਂ 'ਚ ਫਿਰਨਾ, ਹੁਣ ਸ਼ੁਰੂ ਹੋ ਗਿਆ ਫਿਰਨ ਵਾਲਾ, ਤੇ ਇਹ ਫਿਰਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਕਿਰਪਾ ਕਲਗੀਧਰ ਪਾਤਸ਼ਾਹ ਕਰਨ, ਇਹ ਉਹਨਾਂ ਦਾ ਪੰਥ ਹੈ ਰਹਿਣਾ ਚੜ੍ਹਦੀ ਕਲਾਂ 'ਚ, ਸਿੱਖਾਂ ਦੀ ਸ਼ਰਧਾ ਵੀ ਕਾਇਮ ਰਹਿਣੀ ਹੈ। ਕਈ ਵਾਰੀ ਇੱਦਾਂ ਦੀ ਹਨੇਰੀਆਂ ਆਈਆਂ, ਕਈ ਵਾਰੀ ਗਈਆਂ, ਸ਼ਰਧਾ ਤੋੜਨ ਵਾਲੇ ਨਾਸਤਕ ਉਹ ਵੀ ਭਸੌੜੀਆ ਸੀਗਾ ਤੇਜਾ ਸਿਉਂ, ਜਿਹੜਾ ਕਹਿੰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਲਿਖ ਕੇ ਨਾ ਆਪਣੇ ਹਿਸਾਬ ਦੇ ਨਾਲ ਵਿੱਚੋਂ ਭਗਤਾਂ ਦੀ ਬਾਣੀ ਕੱਢਤੀ, ਭੱਟਾਂ ਦੀ ਬਾਣੀ ਕੱਢਤੀ, ਰਾਗਮਾਲਾ ਕੱਢਤੀ, ਤੇ ਸੁਖਮਣੀ ਸਾਹਿਬ ਦੇ ਵਿੱਚੋਂ ਜਿਹੜੀ 13ਵੀਂ ਅਸ਼ਟਪਦੀ ਹੈ ਸੰਤ ਕੀ ਮਹਿਮਾ ਵਾਲੀ, ਉਹ ਵੀ ਕਹਿੰਦਾ ਸੰਤਾਂ ਦੀ ਮਹਿਮਾ ਲਿਖੀਏ ਕੱਢ ਦਿਓ, 10ਵੀਂ ਦੀ ਸਾਰੀ ਬਾਣੀ ਦੀ ਨਿੰਦਾ ਕਰਦਾ ਸੀਗਾ, ਤੇ ਉਹ ਗੁਰੂ ਗ੍ਰੰਥ ਸਾਹਿਬ ਬਣਾ ਕੇ ਤੇ ਜ਼ਮੀਨ 'ਚ ਦੱਬਤਾ ਵੀ ਅਸੀਂ ਇਹ ਸ਼ੋਅ ਕਰਾਂਗੇ ਵੀ ਇਹ ਬੜਾ ਪੁਰਾਤਨ ਗ੍ਰੰਥ ਲੱਭਿਆ। ਉਹ 3 ਬੰਦਿਆਂ ਨੇ ਦੱਬਿਆ, ਵਿੱਚੋਂ ਗੁਰੂ ਮਹਾਰਾਜ ਨੇ ਕਲਾ ਵਰਤਾਈ, ਇੱਕ ਬੋਲ ਪਿਆ, ਉਹਨੇ ਆਖਿਆ ਉਹ ਉੱਥੇ ਗੁਰੂ ਗ੍ਰੰਥ ਸਾਹਿਬ ਦੱਬਿਆ, ਉਹ ਆਪਸ 'ਚ ਲੜ ਪਏ। ਜਦੋਂ ਤੇਜਾ ਸਿੰਘ ਭਸੌੜੀਏ ਦੀ ਕਰਤੂਤ ਸਾਹਮਣੇ ਆਈ, ਪੰਥ ਨੇ ਖਾਰਜ ਕਰਤਾ ਸ਼ੇਖਤਾ ਪੰਥ ਵਿੱਚੋਂ, ਤੇ ਮਹਾਰਾਜ ਦੀਆਂ ਪੋਥੀਆਂ ਬਣਾ ਕੇ ਨਾ ਗੁਰਮੁਖੀ ਕੋਰਸ ਬਣਾ ਕੇ ਭਗਤਾਂ ਦੀ ਬਾਣੀ ਕੱਢ ਕੇ ਤੇ ਉਹ ਵੀ ਛਾਪ ਕੇ ਵੰਡਣ ਲੱਗ ਪਿਆ, ਉਹ ਵੀ ਅਕਾਲ ਤਖ਼ਤ ਸਾਹਿਬ ਦੇ ਉੱਤੇ। ਹੁਣ ਤਾਂ ਮੈਂ ਵੇਖੀਆਂ ਪੋਥੀਆਂ ਪਈਆਂ, ਗੁਰਮੁਖੀ ਕੋਰਸ ਲਿਖਿਆ ਉਹਨੇ, ਹੈ ਸਾਰਾ ਗੁਰੂ ਗ੍ਰੰਥ ਸਾਹਿਬ, ਰਾਗਾਂ 'ਚ ਬਾਣੀ ਉੱਦਾਂ ਹੀ ਸਾਰੀ, ਪਰ ਭਗਤਾਂ ਦੀ ਕੱਢੀ ਹੋਈ ਜਾਂ ਦੂਜੀ ਰਾਗਮਾਲਾ ਕੱਢਤੀ, ਭੱਟਾਂ ਦੇ ਸਵਈਏ ਕੱਢਤੇ, ਤੇ ਬਾਕੀ ਸੈਂਚੀਆਂ ਛਾਪੀਆਂ, ਏਦਾਂ ਦੇ ਕੰਮ ਕਰਦੇ ਰਹੇ, ਪਰ ਕਿੱਥੇ ਦਿਸਦੇ ਲੱਭਦੇ ਹੀ ਨਹੀਂ, ਭਾਲਿਆ ਨਹੀਂ ਥਿਆਂਦੇ, ਕਿਤੇ ਚਲੇ ਗਏ। ਖਾਲਸਾ ਪੰਥ ਉੱਦਾਂ ਹੀ ਮਹਾਰਾਜ ਦੀ ਕਿਰਪਾ ਨਾਲ ਗੱਜਦਾ ਆ ਰਿਹਾ ਹੈ। ਸੋ ਖਾਲਸਾ ਜੀ, ਸੱਚ ਤਾਂ ਸੱਚ ਹੁੰਦਾ ਹੀ ਜਿਹੜਾ ਹੈ ਨਾ, ਉਹ ਖੰਡੇ ਦੀ ਧਾਰ 'ਤੇ ਨੱਚਣਾ ਪੈਂਦਾ, ਸਿੱਖੀ ਸੌਖੀ ਨਹੀਂ ਹੈ, ਗੁਰੂ ਪ੍ਰੀਖਿਆ ਲੈਂਦਾ। ਤੋ ਉਦੋਂ ਮਸੰਦਾਂ ਨੇ ਗੁਰੂ ਦਾ ਪੰਥ ਵੰਡ ਦਿੱਤਾ। ਅੱਜ ਵੀ ਏਦਾਂ ਲੱਗਦਾ ਕਈ ਵਾਰੀ ਵੀ ਏਕ ਏਕ ਕੀ ਬਾਤ ਉਥਲ ਹੈ, ਏਕ ਏਕ ਕੇ ਪੈਂਡ ਨਾ ਚੱਲ ਹੈ,
ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਨਾ ਵੀ ਇਹ ਸਮਾਂ ਆਏਗਾ ਵੀ ਇੱਕ ਦੂਜੇ ਦੀ ਗੱਲ ਮੰਨਣਗੇ ਨਹੀਂ, ਕੱਟਿਆ ਕਰਨਗੇ। ਤੇ ਅੱਜ ਵੀ ਉਹੀ ਹੈ, ਅੱਜ ਕੋਲ ਇੱਕ ਸਿੱਖ ਦੂਜੇ ਦੀ ਪੱਗ ਲਾਂਦਾ, ਇੱਕ ਕੋਈ ਕਥਾ ਕਰਕੇ ਜਾਂਦਾ, ਦੂਜਾ ਕਥਾ ਬਾਅਦ ਕਹਿੰਦਾ ਇਹ ਗਲਤ ਕਹਿ ਗਿਆ, ਮੈਂ ਦੱਸਦਾ ਸੱਚੀ ਗੱਲ, ਤੀਜਾ ਆਉਂਦਾ ਕਹਿੰਦਾ ਇਹ ਦੋਵੇਂ ਗੱਲ ਸੀ, ਮੈਂ ਦੱਸਦਾ ਸੱਚੀ ਗੱਲ। ਇਹ ਪੰਥ ਦੀ ਹਾਲਤ ਹੋਈ ਪਈ ਹੈ ਤੇ ਸੰਗਤਾਂ ਵਿਚਾਰੀਆਂ ਭੰਬਲ ਭੂਸੇ ਚ ਪਈਆਂ, ਕਿੱਧਰ ਜਾਈਏ, ਕਿਹਦੀ ਗੱਲ ਮੰਨੀਏ। ਪਰ ਇਹ ਥੋੜਾ ਚਿਰ ਹੀ ਰਹਿਣਾ ਕੰਮ, ਇਹ ਜਿਹੜਾ ਨਾ 5-4 ਸਾਲ ਦੇ ਅੰਦਰ ਅੰਦਰ ਇਹ ਸਭ ਸਮੇਟਿਆ ਜਾਣਾ, ਫਿਰ ਗੁਰੂ ਦੀ ਉਹੀ ਕਲਾ ਭਾਵਨਾ ਭਗਤੀ ਸ਼ਰਧਾ ਪਿਆਰ ਜਪ ਤਪ ਸੂਰ ਬੀਰ ਯੋਧੇ ਸਭ ਉਸੇ ਤਰ੍ਹਾਂ ਹੀ ਗਜਣੇ। ਸੋ ਮਹਾਰਾਜ ਇਸ ਵਿੱਚ ਆਪਣੀ ਸੰਗਤਾਂ ਬਾਟ ਮਸੰਦਨ ਦੀਨ, ਇਸ ਤਰ੍ਹਾਂ ਮਸੰਦਾਂ ਨੇ ਸੰਗਤਾਂ ਗੁਰੂ ਦੀਆਂ ਵੰਡ ਦਿੱਤੀਆਂ। ਬੰਦੋਬਸਤ ਸਭ ਰੀਤ ਕਰ, ਕਹਿੰਦੇ ਬਾਬੇ ਰਾਮ ਰਾਏ ਨੇ ਆਪਣਾ ਡੇਰਾ ਦਿੱਲੀ ਚ ਰੱਖਿਆ ਤੇ ਬੰਦੋਬਸਤ ਬੜਾ ਵਧੀਆ ਕੀਤਾ, ਰਾਖੀ ਸਕਲ ਅਧੀਨ, ਸਭ ਨੂੰ ਆਪਣੇ ਕਾਬੂ ਕੀਤਾ। ਜ਼ਿਆਦਾ ਸੰਗਤ ਰਾਮ ਰਾਏ ਕੋਲ ਸੀਗੀ ਤੇ ਇਸ ਕਰਕੇ ਉਹ ਵੱਡੀ ਥਾਂ ਤੇ ਬੈਠਾ ਸੀ, ਇੱਕ ਦਿੱਲੀ ਚ ਬੈਠਾ ਸੀ, ਇੱਕ ਉਹ ਬਾਦਸ਼ਾਹ ਦੇ ਨੇੜੇ ਸੀ, ਮਸੰਦ ਮਾਇਆ ਚ ਅੰਨੇ ਹੋਏ ਉਹਦੇ ਨਾਲ ਸਨ ਤੇ ਆਪਣੀ ਤਾਕਤ ਉਹਨੇ ਦਿਖਾਤੀ ਵੀ ਮੇਰੇ ਵਰਗਾ ਕੋਈ ਹੈ ਨਹੀਂ। ਹਾਂਜੀ, ਰੋਜ਼ ਉਹਨਾਂ ਮਸੰਦਾਂ ਨੂੰ ਸਰੋਪੇ ਦਿੰਦਾ ਸੀ, ਵਡਿਆਈਆਂ ਦਿੰਦਾ ਸੀ, ਮਸੰਦ ਵਿੱਚ ਦੇਸ਼ ਸਰੋਪੇ ਲੈ ਲੈ ਕੇ ਮਸੰਦ ਦੇਸਾਂ ਪ੍ਰਦੇਸਾਂ ਚ ਜਾਂਦੇ ਸਨ। ਜਿਮ ਅਧੀਨ ਮੇਰੇ ਰਹਿ, ਇਹੀ ਸੋਚਦਾ ਸੀ ਬਾਬਾ ਮਸੰਦ, ਇਹ ਸੋਚਦੇ ਸੀ ਵੀ ਬਾਬਾ ਰਾਮ ਰਾਏ ਸਾਡੇ ਕਾਬੂ ਰਵੇ, ਤੇ ਬਾਬਾ ਰਾਮ ਰਾਏ ਸੋਚਦਾ ਸੀ ਮਸੰਦ ਸਾਡੇ ਕਾਬੂ ਰਹੇ, ਮੇਰੇ ਕਾਬੂ ਚ ਰਹਿਣ। ਇੱਕ ਦੂਜੀ ਨੂੰ ਦਬਾ ਕੇ ਰੱਖਣ ਦੀ ਸੋਚ ਹੋਵੇ ਉੱਥੇ ਸ਼ਰਧਾ ਕਿੱਥੇ, ਉੱਥੇ ਭਗਤੀ ਕਿੱਥੇ, ਉੱਥੇ ਪਿਆਰ ਕਿੱਥੇ, ਏਦਾਂ ਦਾ ਹਾਲਾਤ ਬਣ ਗਏ ਸਨ। ਹਾਂਜੀ, ਕਰਤ ਉਪਾਏ ਵਿਸ਼ੇਸ਼, ਬੜੇ ਉਪਾਅ ਮਸੰਦ ਵੀ ਕਰਦੇ ਸੀ ਤੇ ਰਾਮ ਰਾਏ ਨੂੰ ਵੀ ਕਰਨੇ ਪੈਂਦੇ ਸੀ, ਜੋੜ ਤੋੜ, ਜਿਵੇਂ ਰਾਜਨੀਤੀ ਲੀਡਰ ਨਹੀਂ ਕਰਦੇ ਪਾਰਟੀਆਂ ਵਾਲੇ ਇੱਕ ਦੂਜੀ ਨੂੰ ਆਪਣੇ ਥੱਲੇ ਲਾ ਕੇ ਰੱਖਣ ਵਾਸਤੇ, ਏਦਾਂ ਦੀ ਹਾਲਤ ਰਾਮ ਰਾਈਆਂ ਦੀ ਤੇ ਬਾਬੇ ਰਾਮ ਰਾਏ ਦੀ ਆਪਸ ਚ ਬਣੀ ਹੋਈ ਸੀ। ਕਹਿੰਦੇ ਬਹੁਤ ਸਾਰੇ ਸਰੋਪੇ ਤੇ ਮਾਇਆ ਦਿੰਦਾ ਸੀ ਉਹਨਾਂ ਨੂੰ, ਦੇਤ ਦਾਨ ਸਨਮਾਨ, ਬੜਾ ਦਾਨ ਮਾਨ ਸਨਮਾਨ ਦਿੰਦਾ ਸੀ, ਸਿੱਖਾਂ ਦੇ ਸਿੱਖਾਂ ਨੂੰ ਦੁੱਖ ਦਿੰਦੇ ਸੀ ਉਹ ਮਸੰਦ, ਸਿੱਖਾਂ ਵਾਸਤੇ ਨਾ ਉਹ ਮਸੰਦ ਜਿਹੜੇ ਸੀ ਉਹ ਜੰਮ ਸੀਗੇ ਇੱਕ ਤਰ੍ਹਾਂ ਦੇ, ਗਰੀਬ ਸਿੱਖਾਂ ਦੇ ਘਰਾਂ ਜਾਣਾ, ਗਰੀਬ ਸਿੱਖਾਂ ਨੇ ਵਿਚਾਰਿਆਂ ਨੇ ਰੋਟੀ ਪਾਣੀ ਬਣਾ ਕੇ ਖਵਾਉਣੀ, ਬਾਬਾ ਜੀ ਗੁਰੂ ਦੇ ਮਸੰਦ ਆਏ, ਪ੍ਰਸ਼ਾਦਾ ਤਿਆਰ, ਦਾਲ ਫੁਲਕਾ, ਜਿੰਨਾ ਵਿਚਾਰਾ ਕੋਈ ਗਰੀਬ ਸਿੱਖ ਕਰਦਾ, ਚੁੱਕ ਕੇ ਥਾਲੀ ਵਗਾਹ ਕੇ ਮਾਰਨੀ, ਵਾ ਲੂਣ ਘੱਟ ਪਾਇਆ ਜ਼ਿਆਦਾ ਪਾਇਆ, ਇਹ ਸਬਜ਼ੀ ਬਣਾਈ ਕੋਈ, ਖੀਰ ਨਹੀਂ ਬਣਾਈ, ਨਾਲ ਕੜਾਹ ਨਹੀਂ ਬਣਾਇਆ, ਮੁਰਗਾ ਨਹੀਂ ਬਣਾਇਆ, ਜੇ ਕਿਸੇ ਨੇ ਵਿਚਾਰੇ ਨੇ ਔਖੇ ਸੌਖੇ ਹੋ ਕੇ ਕਰਜ਼ਾ ਚੁੱਕ ਕੇ ਸ਼ਰਾਬ ਦੀ ਬੋਤਲ ਲਿਆਓ, ਇੱਥੋਂ ਤੱਕ ਗਿਰ ਚੁੱਕੇ ਸਨ। ਉਹ ਜਿਹੜੀ ਹਾਲਤ ਸੀ ਨਾ ਮਸੰਦਾਂ ਦੀ, ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਨੇ ਆ ਕੇ ਠੀਕ ਕੀਤੀ ਹੈ। ਹਾਂਜੀ, ਤੇ ਬਾਬੇ ਰਾਮ ਰਾਏ ਵਰਗੇ ਉਹਨਾਂ ਨੂੰ ਰੋਕਦੇ ਵੀ ਨਹੀਂ ਸੀ ਵੀ ਤੁਸੀਂ ਸਿੱਖਾਂ ਦੇ ਏਦਾਂ ਦੇ ਕਹਿਰ ਨਾ ਕਰੋ, ਵਿਗੜੇ ਕਾਚ ਗੁਰੂ ਤੇ, ਕਹਿੰਦੇ ਗੁਰੂਆਂ ਦੇ ਕੰਮ ਵਿਗੜੇ, ਧਰਤ ਮਹਾ ਹੰਕਾਰ, ਕਹਿੰਦੇ ਇਹ ਜਿਹੜੇ ਕੱਚੇ ਗੁਰੂਆਂ ਦੇ ਵਿਗਾੜੇ ਮਸੰਦ ਹੰਕਾਰੀ ਹੋ ਗਏ ਸਨ। ਤੇ ਦਸਵੇਂ ਪਾਤਸ਼ਾਹ ਦੇ ਸਮੇਂ ਵੀ ਨਾ ਥੋੜੀ ਤਿੜਫਿੜ ਕਰਦੇ ਸੀਗੇ ਜਿਹੜੇ ਮਹਾਰਾਜ ਨੇ ਚੇਤੋ ਵਰਗੇ ਸੋਧਾ ਲਾਇਆ ਤਾਂ ਹੀ ਲਾਇਆ, ਇਹ ਸਮਝਦੇ ਸੀ ਵੀ ਜਿਵੇਂ ਰਾਮ ਰਾਏ ਤੇ ਧੀਰ ਮਾਲ ਹੈ ਇਹ ਵੀ ਉਹ ਜਿਹੇ ਨੇ, ਪਰ ਪਤਾ ਉਦੋਂ ਹੀ ਲੱਗਾ ਜਦੋਂ ਗੁੜ ਦੇ ਕੜਾਹ ਜੇ ਤਲ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਹਾਂਜੀ, ਪਾਤਸ਼ਾਹ ਦਸਵੇਂ ਬਿਨਾ, ਪਾਤਸ਼ਾਹ ਦਸਵੇਂ ਬਿਨਾ, ਕਵੀ ਜੀ ਲਿਖ ਰਹੇ ਆ ਕਹਿੰਦੇ ਕਲਗੀਧਰ ਪਾਤਸ਼ਾਹ ਦੀ ਉਡੀਕਾਂ ਹੋ ਰਹੀਆਂ ਨੇ ਜਿੰਨਾ ਚਿਰ ਉਹ ਨਹੀਂ ਆਉਂਦੇ, ਕੌਣ ਸੁਧਾਰੇ ਮਾਰ, ਕੌਣ ਇਹਨਾਂ ਨੂੰ ਮਾਰ ਕੇ ਸੋਧਾ ਲਾਵੇਗਾ, ਉਹ ਹੀ ਸੁਧਾਰਨਗੇ ਇਹਨਾਂ ਨੂੰ। ਇਹ ਹੁਣ ਬਾਬੇ ਨਾਨਕ ਦਾ ਪੰਥ ਇਹਨਾਂ ਨੇ ਟੋਟੇ ਟੋਟੇ ਕਰ, ਜਿਹੜਾ ਸੱਤਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਵੀ ਅਸੀਂ ਦੇਖ ਰਹੇ ਹਾਂ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਜਿਹੜਾ ਜਹਾਜ਼ ਬਣਾਇਆ ਸੀ ਟੋਟੇ ਟੋਟੇ ਹੋ ਗਿਆ, ਤੇ ਸਿੱਖਾਂ ਨੇ ਆਖਿਆ ਮਹਾਰਾਜ ਇਹ ਜਹਾਜ਼ ਤੇ ਫਿਰ ਤੁਸੀਂ ਠੀਕ ਕਰ ਸਕਦੇ ਹੋ, ਹੋਰ ਤਾਂ ਨਹੀਂ ਕੋਈ ਕਰ ਸਕਦਾ, ਮਹਾਰਾਜ ਕਹਿੰਦੇ ਦਸਵੇਂ ਜਾਮੇ 'ਚ ਕਰਾਂਗੇ। ਸੋ ਉਹ ਬਚਨ ਜਿਹੜੇ ਨੇ ਉਹ ਪੂਰੇ ਹੋਣੇ ਸਨ, ਇਸ ਕਰਕੇ ਬਾਬੇ ਰਾਮ ਰਾਏ ਦੇ ਧੀਰ ਮਲ ਦੇ ਮੀਣਿਆਂ ਦੇ ਮਸੰਦਾਂ ਨੇ ਇਹੋ ਜਿਹੀ ਪਿਰਤ ਪਾ ਦਿੱਤੀ ਜਿਹੜੀ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦੇ ਘਰ ਵੀ ਆਈ ਥੋੜ੍ਹਾ ਜਿਹਾ ਸਮਾਂ, ਮਸੰਦਾਂ ਨੇ ਹੇਰਾ ਫੇਰੀ ਕੀਤੀ ਤਾਂ ਹੀ ਚੇਤੋਂ ਫਸਿਆ ਸੀ ਨਾ, ਬੜਾ ਕੀਮਤੀ ਗਹਿਣਾ ਜਿਹੜਾ ਮਾਤਾ ਜੀ ਵਾਸਤੇ ਭੇਜਿਆ ਸੀ ਸਿੱਖ ਨੇ ਉਹ ਇਹਨਾਂ ਨੇ ਚੂੜਾ ਚੁਰਾ ਲਿਆ ਸੀ ਚੇਤੋਂ ਨੇ, ਤੇ ਜਦੋਂ ਫੜਿਆ ਗਿਆ ਤੇ ਫਿਰ ਮਹਾਰਾਜ ਨੇ ਸੋਧਾ ਲਾਇਆ ਸੀ। ਉਹ ਕਥਾ ਅੱਗੇ ਦਸਵੇਂ ਪਾਤਸ਼ਾਹ ਦੇ ਇਤਿਹਾਸ 'ਚ ਆਉਣੀ ਹੈ। ਸੋ ਸਾਰੀ ਸੱਚੇ ਪਾਤਸ਼ਾਹ ਇਹ ਕਲਗੀਧਰ ਦੀ ਖੇਡ ਹੀ ਹੈ ਸਾਧ ਸੰਗਤ ਜੀ, ਸਮੇਂ ਸਮੇਂ ਨਾਲ ਕੂੜਾ ਕਰਕਟ ਘਰ 'ਚ ਇਕੱਠਾ ਹੋ ਜਾਂਦਾ, ਫਿਰ ਝਾੜੂ ਫੇਰਨਾ ਪੈਂਦਾ, ਫਿਰ ਸਫਾਈ ਹੁੰਦੀ ਹੈ। ਇਸ ਤਰ੍ਹਾਂ ਇਹ ਕੁਦਰਤ ਦਾ ਵਿਧਾਨ ਹੈ, ਵਿਧੀ ਦਾ ਵਿਧਾਨ ਹੈ, ਇਹਦੇ 'ਚ ਕਿਸੇ ਧਰਮ ਕਰਮ ਜਾਤੀ ਦਾ ਵੱਧ ਘਾਟ ਨਹੀਂ ਹੈ, ਹੁੰਦਾ ਸਭ ਥਾਂ 'ਤੇ ਹੈ, ਸਾਰੀਆਂ ਸੰਪਰਦਾਵਾਂ 'ਚ, ਸਾਰੀਆਂ ਜਥੇਬੰਦੀਆਂ ਵਿੱਚ,
ਸਾਰੇ ਪੰਥਾਂ ਵਿੱਚ, ਸਾਰੇ ਧਰਮਾਂ ਵਿੱਚ, ਸਾਰੀਆਂ ਸੁਸਾਇਟੀਆਂ ਵਿੱਚ, ਸਾਰੇ ਸਮਾਜ ਵਿੱਚ, ਰਾਜਨੀਤੀ ਪਾਰਟੀਆਂ ਵਿੱਚ, ਆਰਥਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ, ਸਭ ਇੱਦਾਂ ਹੁੰਦਾ। ਪਰਮੇਸ਼ਰ ਕੂੜਾ ਇਕੱਠਾ ਵੀ ਕਰਦਾ, ਇਹ ਹੋਣਾ ਹੁਣ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ।